ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ, ਰੋਜ਼ ਦੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ ਸ਼ਬਦ ਜਿਹੜੇ ਪੜ੍ਹਨ ਵਿੱਚ, ਵਿਚਾਰਨ ਵਿੱਚ ਔਖੇ ਲੱਗਦੇ ਹਨ, ਉਹਨਾਂ ਦੀ ਵਿਚਾਰ ਲੜੀਵਾਰ ਅਸੀਂ ਕਰ ਰਹੇ ਹਾਂ। ਅੱਜ ਕੱਲ੍ਹ ਗੌੜੀ ਰਾਗ ਦੇ ਸ਼ਬਦਾਂ ਦੀ ਵਿਚਾਰ, ਭਗਤ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚੋਂ ਕੁਝ ਸ਼ਬਦ ਅਸੀਂ ਪਿਛਲੀਆਂ ਸ਼ਬਦ ਵਿਚਾਰਾਂ ਰਾਹੀਂ ਕਰ ਚੁੱਕੇ ਹਾਂ। ਅੱਜ ਵੀ ਸ਼ਬਦ ਭਗਤ ਕਬੀਰ ਜੀ ਦਾ ਹੈ, ਜੋ 334 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 334 335 ਦੇ ਉੱਤੇ ਸ਼ੋਭਿਤ ਹੈ। ਇਸ ਸ਼ਬਦ ਦੇ ਜੋ ਰਾਹਵ ਦੀ ਪੰਕਤੀ ਹੈ, ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋ ਬੇਯੋਗੀ ਰਾਹਵ, ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰ ਰਹੇ ਹਨ ਵੀਰ ਪ੍ਰਭ ਕੀਰਤਨ ਸਿੰਘ ਜੀ। ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਸ਼ਬਦ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਅੱਜ ਅਸੀਂ ਗੌੜੀ ਰਾਗ ਵਿੱਚੋਂ ਭਗਤ ਕਬੀਰ ਜੀ ਉਹਦਾ ਇੱਕ ਸ਼ਬਦ ਉਸਦੀ ਵਿਚਾਰ ਕਰਾਂਗੇ ਅਤੇ ਦੇਖਾਂਗੇ ਕਿ ਸਾਡੇ ਵਾਸਤੇ ਕਬੀਰ ਜੀ ਨੇ ਕੀ ਸੇਧ ਦਿੱਤੀ ਹੈ, ਕੀ ਉਪਦੇਸ਼ ਦਿੱਤਾ ਹੈ ਸਾਨੂੰ। ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਕਿੰਥਾ ਸੁਨ ਗੁਫਾ ਮੈਂ ਆਸਣ ਬੈਸਣ ਕਲਪ ਬਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬੇਯੋਗੀ ਰਹਾਉ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਰਮ ਭਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀ ਹੈ ਛੂਟੇ ਹੋਏ ਪਾਸਾਰੀ ਮਨ ਪਵਨ ਦੋਏ ਤੁੰਬਾ ਕਰੀ ਹੈ ਚੁੱਕ ਚੁੱਕ ਸਾਰਦ ਸਾਜੀ ਫਿਰ ਭਈ ਤੰਤੀ ਤੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਉ ਕਬੀਰ ਤਾਂ ਕਉ ਪੁਨਰਪ ਜਨਮ ਨਹੀਂ ਖੇਲ ਗਯੋ ਬੈਰਾਗੀ ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਬੈਰਾਗੀ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਅਸੀਂ ਬੈਰਾਗੀ ਉਹਨਾਂ ਨੂੰ ਕਹਿੰਦੇ ਹਾਂ ਜੋ ਸੰਸਾਰ ਦਾ ਤਿਆਗ ਕਰਕੇ ਬੈਰਾਗੀ ਹੋ ਕੇ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਬਨਾਂ ਆਸ਼ਰਮਾਂ ਆਦਿਕ ਪਹਾੜਾਂ ਦੀਆਂ ਕੰਦਰਾਂ ਗੁਫਾ ਦੇ ਵਿੱਚ ਜਾ ਬੈਠਦੇ ਨੇ ਤੇ ਆਪਣੇ ਜੀਵਨ ਦਾ ਮੰਤਵ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਮ ਤੌਰ ਤੇ ਅਸੀਂ ਬੈਰਾਗੀ ਦੇ ਅਰਥ ਇਹ ਕਰਦੇ।
ਜਦੋਂ ਅਸੀਂ ਇਸ ਸ਼ਬਦ ਦਾ ਪਾਠ ਕੀਤਾ ਹੈ, ਇਸ ਸ਼ਬਦ ਦੀ ਸ਼ਬਦਾਵਲੀ ਤੋਂ ਸਾਨੂੰ ਇਹ ਗੱਲ ਸਹਿਜ ਹੀ ਸਮਝ ਆ ਜਾਂਦੀ ਹੈ ਕਿ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਜਿਸ ਗੱਲਬਾਤ ਨੂੰ ਅੰਕਿਤ ਕੀਤਾ ਹੈ ਉਹ ਜ਼ਰੂਰ ਕਿਸੇ ਜੋਗੀ ਦੇ ਨਾਲ ਹੋਈ ਹੋਵੇਗੀ, ਜਿਹੜਾ ਘਰੋਂ ਯੋਗ ਮਤ ਦੇ ਨਿਯਮਾਂ ਦੇ ਮੁਤਾਬਕ ਸੰਨਿਆਸ ਲੈ ਕੇ ਬੈਰਾਗੀ ਬਣਿਆ ਹੋਏਗਾ। ਔਰ ਇਹ ਸ਼ਬਦ ਸਾਰਾ ਉਸੇ ਦੇ ਪ੍ਰਤੀ ਉਚਾਰਿਆ ਹੈ। ਪਰ ਜਿਵੇਂ ਕਿ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਕਿ ਮਹਾਂਪੁਰਖ ਪਰਥਾਏ ਸਾਖੀ ਬੋਲਦੇ ਸਾਂਝੀ ਸਗਲ ਜਹਾਨ, ਇਸਦਾ ਅਰਥ ਇਹ ਨਹੀਂ ਹੈ ਕਿ ਇਸ ਸ਼ਬਦ ਦੇ ਵਿੱਚ ਜੋ ਉਪਦੇਸ਼ ਹੈ ਉਹ ਕੇਵਲ ਉਸ ਜੋਗੀ ਵਾਸਤੇ ਸੀ, ਜਾਂ ਅਸੀਂ ਇਹ ਕਹਿ ਲਈਏ ਕਿ ਜੋਗੀਆਂ ਦੇ ਵਾਸਤੇ ਹੈ। ਨਹੀਂ, ਇਸ ਸ਼ਬਦ ਦੇ ਵਿੱਚ ਜੋ ਭਗਤ ਕਬੀਰ ਜੀ ਨੇ ਸੇਧ ਦਿੱਤੀ ਹੈ, ਉਪਦੇਸ਼ ਦਿੱਤਾ ਹੈ, ਉਹ ਸਾਂਝੀ ਸਗਲ ਜਹਾਨ ਹੈ। ਪਰ ਸਾਨੂੰ ਚੂੰਕਿ ਸ਼ਬਦਾਵਲੀ ਸਾਰੀ ਜੋਗੀਆਂ ਦੀ ਵਰਤੀ ਹੈ ਤਾਂ ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨਾ ਪਏਗਾ। ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦੇ ਆਪਾਂ ਜੋ ਅਖਰੀ ਅਰਥ ਹਨ ਉਹ ਇੱਕ ਵਾਰੀ ਪੂਰੇ ਸ਼ਬਦ ਦੇ ਕਰ ਲਈਏ, ਫਿਰ ਆਪਾਂ ਇਸ ਦੀ ਵਿਚਾਰ ਸ਼ੁਰੂ ਕਰਾਂਗੇ ਜੀ। ਤੋ ਰਹਾਉ ਦੀ ਪੰਕਤੀ ਹੈ, ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਜਿਵੇਂ ਮੈਂ ਜ਼ਿਕਰ ਕੀਤਾ ਹੈ, ਬੈਰਾਗੀ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਘਰ ਬਾਰ ਛੱਡ ਕੇ ਬੈਰਾਗੀ ਹੋਇਆ ਹੋਵੇ, ਤਿਆਗੀ ਹੋਇਆ ਹੋਵੇ, ਸੰਨਿਆਸੀ ਹੋਇਆ। ਪਰ ਇੱਥੇ ਇਹਨਾਂ ਅਰਥਾਂ ਦੇ ਵਿੱਚ ਨਹੀਂ ਹਨ, ਕਿਉਂਕਿ ਕਬੀਰ ਜੀ ਆਪਣੇ ਆਪ ਨੂੰ ਬੈਰਾਗੀ ਤੇ ਜੋਗੀ ਕਹਿ ਰਹੇ। ਜੋਗੀ ਉਹ ਹੁੰਦਾ ਜਿਹਨੇ ਜੋਗ ਮਤ ਧਾਰਨ ਕੀਤਾ ਹੋਵੇ। ਇੱਥੇ ਕਬੀਰ ਜੀ ਨੇ ਸ਼ਬਦਾਵਲੀ ਤਾਂ ਉਹ ਵਰਤੀ ਹੈ, ਪਰ ਇਹਨਾਂ ਦੇ ਅਰਥ ਉਹ ਨਹੀਂ ਹਨ ਜੋ ਯੋਗ ਮਤ ਦੇ ਵਿੱਚ ਹਨ। ਇੱਥੇ ਕੁਝ ਹੋਰ ਅਰਥ ਹਨ ਜੋ ਕਬੀਰ ਜੀ ਦੇ ਉੱਤੇ ਢੁੱਕਦੇ ਹਨ। ਕਬੀਰ ਜੀ ਜੋ ਕਿ ਇੱਕ ਗ੍ਰਿਸ਼ਤੀ ਦਾ ਜੀਵਨ ਜੀਂਦੇ ਸਨ, ਹੱਥੀਂ ਕਿਰਤ ਕਰਦੇ ਸਨ, ਤਿਆਗੀ ਨਹੀਂ ਸਨ, ਤੇ ਨਾ ਹੀ ਉਹਨਾਂ ਨੇ ਯੋਗ ਮਤ ਧਾਰਨ ਕੀਤਾ ਹੋਇਆ ਸੀ, ਬਲਕਿ ਉਹ ਤਾਂ ਯੋਗ ਮਤ ਦੇ ਧਾਰਨ ਕਰਨ ਵਾਲਿਆਂ ਨੂੰ ਵੀ ਸਿੱਧੇ ਰਾਹ ਪਾਉਣ ਦੇ ਲਈ ਉਪਦੇਸ਼ ਦੇ ਰਹੇ ਹਨ, ਜਿਵੇਂ ਕਿ ਇਸ ਸ਼ਬਦ ਦੇ ਵਿੱਚ ਦਿੱਤਾ ਗਿਆ ਹੈ। ਤਾਂ ਫਿਰ ਬੈਰਾਗੀ ਦਾ ਅਰਥ ਇੱਥੇ ਕੀ ਹੋਇਆ? ਹੁਣ ਜੇ ਆਪਾਂ ਇਹਦਾ ਅਰਥ ਦੇਖੀਏ ਤਾਂ ਜੋ ਸ਼ਬਦ ਹੈ ਰਾਗ, ਇਹਦੇ ਕਈ ਅਰਥ ਕੀਤੇ ਜਾਂਦੇ ਹਨ, ਜਿਹਨਾਂ ਵਿੱਚੋਂ ਇੱਕ ਹੈ ਰੰਗੇ ਜਾਣਾ, ਭਾਵ ਕਿਸੇ ਚੀਜ਼ ਦੇ ਪ੍ਰੇਮ ਦੇ ਵਿੱਚ ਰੰਗੇ ਜਾਣਾ। ਪਰ ਆਮ ਤੌਰ ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਉਹ ਮਨੁੱਖ ਜਿਹੜਾ ਵਾਸ਼ਨਾ ਪ੍ਰੇਮ ਜਾਂ ਰੰਗਾਂ ਦੀ ਚੁਲਬੁਲੇਪਨ ਦੇ ਵਿੱਚ, ਵਾਸ਼ਨਾਵਾਂ ਦੀ ਖਿੱਚ ਦੇ ਵਿੱਚ ਰੰਗਿਆ ਗਿਆ ਹੋਵੇ। ਤੇ ਜਿਹੜੇ ਤਿਆਗੀ ਲੋਕ ਹਨ ਉਹ ਇਸ ਸ਼ਬਦ ਦੇ ਅਰਥ ਇਹ ਕਰਦੇ ਹਨ ਕਿ ਜਿਹਨੇ ਇਸ ਜਗਤ ਦੇ ਰੰਗ, ਵਾਸ਼ਨਾਵਾਂ ਤੇ ਇਹਦੀ ਜੋ ਖਿੱਚ ਹੈ ਉਹਦਾ ਤਿਆਗ ਕੀਤਾ, ਉਹ ਰਾਗੀ ਦੇ ਉਲਟ ਬੈਰਾਗੀ ਹੋ। ਕਿਉਂਕਿ ਰਾਗ ਦਾ ਅਸੀਂ ਇੱਕ ਅਰਥ ਰਾਗ ਜੋ ਗਾਏ ਜਾਂਦੇ ਹਨ ਉਹਦਾ ਵੀ ਕਰਦੇ ਹਾਂ, ਉਸਦਾ ਸੰਬੰਧ ਵੀ ਜੋ ਰੰਗ ਰਸ ਹਨ, ਪ੍ਰੇਮ ਹੈ, ਜੋ ਆਨੰਦ ਪੈਦਾ ਹੁੰਦਾ ਹੈ ਰਾਗ ਦੇ ਵਿੱਚੋਂ, ਆਵਾਜ਼ਾਂ ਦੇ ਵਿੱਚੋਂ, ਧੁਨੀਆਂ ਦੇ ਵਿੱਚੋਂ, ਉਹਦੇ ਨਾਲ ਹੀ ਹੈ। ਉਹ ਭਾਵ ਉਹ ਇਹ ਲੈਂਦੇ ਹਨ ਕਿ ਜਿਹੜਾ ਦੁਨੀਆਂ ਦੇ ਆਨੰਦਾਂ ਨੂੰ ਛੱਡ ਕੇ, ਲੱਤ ਮਾਰ ਕੇ ਛੱਡ ਜਾਵੇ ਉਹ ਬੈਰਾਗ। ਤਾਂ ਫਿਰ ਵੈਰਾਗ ਦਾ ਅਰਥ ਇਹ ਹੋਇਆ। ਦੂਜੇ ਪਾਸੇ ਜਦੋਂ ਅਸੀਂ ਡਿਕਸ਼ਨਰੀ ਮੀਨਿੰਗ ਦੇਖਦੇ ਹਾਂ ਵੈਰਾਗ ਦਾ, ਤੇ ਉਹਦਾ ਇੱਕ ਹੋਰ ਅਰਥ ਬਣਦਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਚੀਜ਼ ਨੂੰ ਪਸੰਦ ਨਾ ਕਰੇ, ਘਿਰ ਨਾ ਕਰੇ, ਉਹਦੀ ਰੁਚੀ ਨਾ ਹੋਵੇ, ਜਾਂ ਉਹ ਥੱਕ ਜਾਏ ਤੇ ਛੱਡ ਜਾਏ ਕਿਸੇ ਚੀਜ਼ ਨੂੰ, ਉਹਨੂੰ ਵੀ ਬੈਰਾਗੀ ਕਹਿੰਦੇ ਹਨ। ਤੋ ਇਸ ਤਰ੍ਹਾਂ ਇਹਦੇ ਅਰਥ ਇਹ ਬਣੇ ਕਿ ਜਿਹੜਾ ਦੁਨੀਆਂ ਤੋਂ ਥੱਕ ਜਾਵੇ, ਦੁਨੀਆਂ ਨੂੰ ਪਸੰਦ ਨਾ ਕਰੇ, ਦੁਨੀਆਂ ਨੂੰ ਘਿਰਨਾ ਕਰਨ ਵਾਲਾ ਹੋਵੇ, ਉਹ ਬੈਰਾਗੀ ਹੋ ਗਿਆ। ਤਾਂ ਫਿਰ ਕਬੀਰ ਜੀ ਕਿਵੇਂ ਬੈਰਾਗੀ ਹੋਏ? ਕਬੀਰ ਜੀ ਬੈਰਾਗੀ ਹੋਏ ਕਿਉਂਕਿ ਉਹਨਾਂ ਨੇ ਮਾਇਆ ਦੀ ਖਿੱਚ ਨੂੰ ਤਿਆਗ ਦਿੱਤਾ ਹੈ, ਪਰ ਵਸਦੇ ਸੰਸਾਰ ਦੇ ਵਿੱਚ ਹੀ ਪਏ ਹਨ। ਉਹਨਾਂ ਨੇ ਸੰਸਾਰ ਨਹੀਂ ਤਿਆਗਿਆ, ਮਾਇਆ ਜਾਂ ਵਾਸ਼ਨਾਵਾਂ ਦੇ ਵਿੱਚੋਂ ਜਿਹੜਾ ਰਸ ਪ੍ਰਾਪਤ ਹੁੰਦਾ ਹੈ, ਜਿਹੜੇ ਉਹਦਾ ਬੰਧਨ ਬਣ ਜਾਂਦਾ ਹੈ, ਜਿਹੜੀ ਉਹਦੀ ਖਿੱਚ ਪੈਦਾ ਹੁੰਦੀ ਹੈ, ਉਹਨੂੰ ਛੱਡ ਦਿੱਤਾ ਹੈ ਤੇ ਉਹ ਬਣ ਕੇ ਗਏ ਹਨ ਯੋਗੀ। ਹੁਣ ਯੋਗ ਦਾ ਅਰਥ ਜਿਹੜਾ ਯੋਗ ਮਤ ਦੇ ਵਿੱਚ ਕੀਤਾ ਜਾਂਦਾ ਹੈ,
ਉਹ ਯੋਗ ਦਾ ਅਰਥ ਇਹ ਨਹੀਂ ਕਿ ਜਿਵੇਂ ਕੋਈ ਜੁੜਿਆ ਹੋਇਆ, ਉੱਥੇ ਦਰਅਸਲ ਤੋੜਨ ਦੀ ਗੱਲ ਕੀਤੀ ਜਾ, ਬਲਕਿ ਕਈ ਜੋਗੀ ਤਾਂ ਇਹ ਕਹਿੰਦੇ ਹਨ ਕਿ ਬਈ ਜਦੋਂ ਅਸੀਂ ਆਪਣੀਆਂ ਚਿੱਤ ਵਿਰਤੀਆਂ ਨੂੰ ਆਪਣੀ ਆਤਮਾ ਦੇ ਨਾਲ ਤੋੜ ਦਿੰਦੇ ਹਾਂ ਤਾਂ ਯੋਗੀ ਬਣਦੇ ਹਨ। ਪਰ ਵੇਦਾਂਤ ਵਾਲੇ ਇਹਦਾ ਅਰਥ ਇਹ ਕਰਦੇ ਹਨ ਯੋਗੀ ਉਹ ਹੈ ਜਿਹੜਾ ਉਸ ਪ੍ਰਭੂ ਦੇ ਨਾਲ ਜੁੜਿਆ ਹੋ। ਤੋ ਇੱਥੇ ਕਬੀਰ ਜੀ ਨੇ ਇਹਨਾਂ ਹੀ ਅਰਥਾਂ ਦੇ ਵਿੱਚ ਵਰਤਿਆ ਹੈ ਕਿ ਮੈਂ ਬੈਰਾਗੀ ਜੋਗੀ, ਮੈਂ ਤੇਰੀ ਯਾਦ ਦੀ ਲਗਨ ਵਾਲਾ ਜੋਗੀ ਹਾਂ, ਮੈਂ ਮਾਇਆ ਦੇ ਰੰਗਾਂ ਨੂੰ, ਮੈਂ ਜੋ ਮਾਇਆ ਦੇ ਆਨੰਦ ਹਨ, ਸਵਾਦ ਹਨ, ਇਹਨਾਂ ਤੋਂ ਮੈਂ ਆਪਣੇ ਆਪ ਨੂੰ ਉਪਰਾਮ ਕਰ ਲਿਆ ਹੈ, ਪਦਾਰਥਾਂ ਤੋਂ ਉਪਰਾਮ ਕਰ ਲਿਆ ਵੀ ਮੈਂ ਜਗਤ ਦੇ ਵਿੱਚ ਤਾਂ ਰਹਿੰਦਾ ਹਾਂ ਪਰ ਮੈਂ ਜਗਤ ਦੀਆਂ ਵਾਸ਼ਨਾਵਾਂ ਤੋਂ ਉਪਰਾਮ ਹਾਂ। ਇਸ ਕਰਕੇ ਕਬੀਰ ਜੀ ਨੇ ਕਿਹਾ ਮੈਂ ਬੈਰਾਗੀ ਤੇ ਜੋਗੀ ਮੈਂ ਇਸ ਕਰਕੇ ਹਾਂ ਕਿਉਂਕਿ ਮੈਂ ਉਸ ਅਕਾਲ ਪੁਰਖ ਦੇ ਨਾਲ, ਉਸ ਅਕਾਲ ਪੁਰਖ ਦੇ ਨਾਮ ਦੇ ਨਾਲ, ਉਹਦੀ ਯਾਦ ਦੇ ਨਾਲ, ਉਹਦੇ ਸਿਮਰਨ ਦੇ ਨਾਲ ਜੁੜਿਆ ਹੋਇਆ ਹਾਂ, ਇਸ ਕਰਕੇ ਮੈਂ ਜੋਗੀ ਹਾਂ। ਮੇਰੇ ਰਾਜਨ ਦੇ ਅਰਥ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹਨ ਉਹ ਹਨ, ਹੇ ਮੇਰੇ ਪਾਤਸ਼ਾਹ ਪ੍ਰਭੂ, ਮੈਂ ਤੇਰੀ ਯਾਦ ਦੀ ਲਗਨ ਵਾਲਾ ਜੋਗੀ ਹਾਂ, ਮੈਂ ਦੁਨੀਆਂ ਦਾ ਤਿਆਗੀ ਜੋਗੀ ਨਹੀਂ, ਮੈਂ ਮਾਇਆ ਦੀਆਂ ਵਾਸ਼ਨਾਵਾਂ ਨੂੰ ਛੱਡ ਕੇ ਤੇਰੀ ਯਾਦ ਦੇ ਵਿੱਚ ਮਗਨ ਹੋਇਆ ਹੋਇਆ ਜੋਗੀ ਹਾਂ। ਹਾਲਾਂਕਿ ਰਾਜਨ ਦੇ ਅਰਥ ਕੁਝ ਵਿਦਵਾਨਾਂ ਨੇ ਪ੍ਰਭੂ ਪਾਤਸ਼ਾਹ ਦੇ ਵਾਸਤੇ ਨਹੀਂ ਮੰਨੇ, ਉਹ ਕਹਿੰਦੇ ਹਨ ਕਿ ਇੱਥੇ ਇਹ ਸ਼ਬਦ ਢੁਕਦੇ ਨਹੀਂ ਤੇ ਸ਼ਾਇਦ ਕਬੀਰ ਜੀ ਕਿਸੇ ਐਸੇ ਜੋਗੀ ਦੇ ਨਾਲ ਗੱਲ ਕਰ ਰਹੇ ਹਨ ਜਿਹੜਾ ਕੋਈ ਬਹੁਤ ਵੱਡਾ ਰਾਜ ਜੋਗੀ ਹੋਵੇ, ਇਸ ਕਰਕੇ ਉਹਨਾਂ ਨੇ ਇਹ ਸ਼ਬਦ ਜੋ ਹੈ ਰਾਜਨ ਵਰਤਿਆ ਹੈ। ਗੱਲ ਕੁਝ ਵੀ ਹੋਵੇ, ਮੇਰੇ ਰਾਜਨ ਨਾਲੋਂ ਸਾਡਾ ਧਿਆਨ ਜਿਹੜਾ ਹੈ, ਮੈਂ ਬੈਰਾਗੀ ਜੋਗੀ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਤੇਰੀ ਯਾਦ ਦੇ ਵਿੱਚ ਜੁੜਿਆ ਹੋਇਆ ਬੈਰਾਗੀ ਹਾਂ, ਦੁਨੀਆਂ ਦੇ ਰਸਾਂ ਤੋਂ ਉਹਨਾਂ ਨੂੰ ਛੱਡ ਕੇ ਉਹਨਾਂ ਤੋਂ ਉਪਰਾਮ ਹਾਂ, ਵਿੱਚ ਰਹਿੰਦਾ ਹੋਇਆ ਵੀ ਮੈਂ ਉਹਨਾਂ ਦੇ ਵਿੱਚ ਮਗਨ ਨਹੀਂ ਹਾਂ, ਤੇ ਇਸ ਕਰਕੇ ਮੈਂ ਬੈਰਾਗੀ। ਜਿਵੇਂ ਕਿ ਭਾਈ ਗੁਰਦਾਸ ਜੀ ਨੇ ਵੀ ਇੱਕ ਜਗ੍ਹਾ ਤੇ ਫਰਮਾਇਆ ਹੈ ਕਿ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਬਿਲਕੁਲ ਇਹੀ ਭਾਵ ਕਬੀਰ ਜੀ ਨੇ ਵੀ ਇਸ ਪੰਕਤੀ ਦੇ ਵਿੱਚ ਸਾਨੂੰ ਦੱਸਿਆ ਹੈ। ਤੇ ਅੱਗੇ ਕਹਿੰਦੇ ਹਨ ਕਿ ਮਰਤ ਨਾ ਸੋਗ ਬਿਓਗੀ। ਮਰਤ ਭਾਵ ਮਰਨਾ, ਭਾਵ ਮਰਨ ਦਾ ਡਰ ਜਿਹੜਾ ਸਾਨੂੰ ਹਰ ਵੇਲੇ ਚੁੰਬੜਿਆ ਰਹਿੰਦਾ ਹੈ। ਸੋਗ ਹੈ ਜਿਹੜਾ ਸਾਨੂੰ ਗਮ ਤੇ ਸ਼ੋਕ ਜਿਹੜਾ ਸਾਨੂੰ ਹਰ ਵੇਲੇ ਤੰਗ ਕਰਦਾ ਹੈ, ਸਾਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ। ਤੇ ਵਿਯੋਗੀ ਵਿਛੜਿਆ ਹੋਇਆ ਭਾਵ ਜਿਹਨੂੰ ਵਿਯੋਗ ਪਿਆ। ਹੁਣ ਉਹ ਕਹਿ ਰਹੇ ਹਨ ਮਰਤ ਨਾ ਸੋਗ ਵਿਯੋਗੀ, ਹੁਣ ਮੈਨੂੰ ਇਹਨਾਂ ਚ ਕੁਛ ਵੀ ਨਹੀਂ ਪਾਉਂਦਾ। ਜੋ ਹਰ ਮਨੁੱਖ ਚਾਹੇ ਸੰਸਾਰੀ ਹੈ ਚਾਹੇ ਵਿਰਾਗੀ ਹੈ, ਉਹਨਾਂ ਨੂੰ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਪਾਉਂਦੀਆਂ ਹਨ, ਤੰਗ ਕਰਦੀਆਂ ਹਨ। ਮੈਨੂੰ ਨਾ ਮੌਤ ਦਾ ਡਰ ਹੈ ਕਿਉਂਕਿ ਮੈਂ ਤਾਂ ਉਹ ਸਦਾ ਜਾਗਣ ਵਾਲੇ ਸਦਾ ਸਥਿਰ ਪ੍ਰਭੂ ਦੇ ਨਾਲ ਜੁੜ ਗਿਆ ਹਾਂ, ਤੇ ਮੈਨੂੰ ਉਹਦੀ ਓਟ ਪ੍ਰਾਪਤ ਹੋ ਗਈ ਹੈ, ਉਹਦਾ ਪ੍ਰੇਮ ਪ੍ਰਾਪਤ ਹੋ ਗਿਆ ਹੈ, ਤਾਂ ਮੈਨੂੰ ਮੌਤ ਦਾ ਡਰ ਨਹੀਂ ਹੈ। ਨਾ ਹੀ ਮੈਨੂੰ ਕੋਈ ਮਨ ਦੇ ਵਿੱਚ ਕੋਈ ਗਮ ਜਾਂ ਸ਼ੋਕ ਤੰਗ ਕਰਦਾ ਹੈ, ਅਤੇ ਨਾ ਹੀ ਮੈਂ ਵਿਯੋਗੀ ਹਾਂ ਕਿਉਂਕਿ ਮੈਂ ਮੇਰੇ ਮਨ ਦੇ ਵਿੱਚ ਵਿਯੋਗ ਤਾਂ ਹੈ ਹੀ ਨਹੀਂ, ਮੈਂ ਤੇ ਪ੍ਰਭੂ ਨਾਲ ਜੁੜਿਆ ਹੋਇਆ ਹਾਂ, ਮੈਂ ਵਿਛੜਿਆ ਹੀ ਨਹੀਂ ਹੋਇਆ, ਤੇ ਮੈਨੂੰ ਫਿਰ ਵਿਯੋਗ ਕਿਉਂ ਤੰਗ ਕਰੇਗਾ। ਮੈਂ ਤਾਂ ਸੰਸਾਰ ਦੀ ਜੋ ਸਭ ਤੋਂ ਵੱਡੀ ਤੇ ਅਸੀਂ ਕਹੀਏ ਕਿ ਜੋ ਨਿਆਮਤ ਹੈ ਵਾਹਿਗੁਰੂ ਹੈ, ਜੋ ਸਾਡੇ ਨਾਲ ਜੁੜ ਕੇ ਸਾਡੇ ਹਿਰਦੇ ਨੂੰ ਆਨੰਦਮਈ ਬਣਾ ਦਿੰਦਾ ਹੈ, ਮੈਂ ਤਾਂ ਉਹਦੇ ਨਾਲ ਜੁੜਿਆ ਹੋਇਆ, ਤੇ ਨਾ ਹੀ ਮੈਨੂੰ ਵਿਯੋਗ ਤੰਗ ਕਰਦਾ। ਸਾਡੇ ਵਾਸਤੇ ਕਬੀਰ ਜੀ ਨੇ ਇਹਦੇ ਵਿੱਚ ਸਾਨੂੰ ਜੋ ਸੁਨੇਹਾ ਦਿੱਤਾ ਹੈ ਕਿ ਜਗਤ ਦੇ ਵਿੱਚ ਰਹਿ ਕੇ ਜਗਤ ਵਿੱਚ ਅਸੀਂ ਖੁੱਭਣਾ ਨਹੀਂ, ਅਸੀਂ ਬੈਰਾਗੀ ਤਾਂ ਬਣਨਾ ਹੈ ਪਰ ਜਗਤ ਦਾ ਤਿਆਗ ਕਰਕੇ ਨਹੀਂ ਬਣਨਾ, ਸਗੋਂ ਗ੍ਰਸਥ ਵਿੱਚ ਰਹਿ ਕੇ ਹੀ ਅਸੀਂ ਬੈਰਾਗੀ ਬਣ। ਗੁਰਬਾਣੀ ਵਿੱਚ ਹੋਰ ਵੀ ਫਰਮਾਉਣ ਆਉਂਦਾ ਹੈ ਕਿ ਨਾਮ ਰੱਤੇ ਕੇਵਲ ਬੈਰਾਗੀ, ਸੋਗ ਵਿਯੋਗ ਵਿਸਰਜਿਤ ਰੋਗ। ਭਾਵ ਉਹਦੇ ਨਾਲ ਸੋਗ ਵਿਯੋਗ ਤੇ ਰੋਗ ਸਾਰੇ ਜਿਹੜੇ ਹਨ ਉਹਨੂੰ ਛੱਡ ਜਾਂਦੇ ਹਨ
ਜਿਹੜੇ ਨਾਮ ਰੱਤੇ ਕੇਵਲ ਵੈਰਾਗ, ਉਹ ਮਾਇਆ ਦੇ ਦੁਨੀਆਂ ਦੇ ਤਮਾਸ਼ਿਆਂ ਦੇ ਮੋਹ ਨੂੰ ਛੱਡ ਕੇ ਜਿਹੜੇ ਨਾਮ ਦੇ ਵਿੱਚ ਰੱਤੇ ਜਾਂਦੇ ਹਨ, ਉਸ ਪ੍ਰਭੂ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਦੇ ਉਹ ਇਹ ਕੋਈ ਵੀ ਚੀਜ਼ ਤੰਗ ਨਹੀਂ ਕਰਦੀ। ਅਸੀਂ ਕਬੀਰ ਜੀ ਕਹਿੰਦੇ ਹਨ ਕਿ ਜੋਗੀ ਦੀ ਅਵਸਥਾ ਭਾਵ ਪ੍ਰਭੂ ਦੇ ਨਾਲ ਜੁੜੇ ਹੋਏ ਜਿਹੜੇ ਵਿਅਕਤੀ ਦੀ ਅਵਸਥਾ ਨੂੰ ਅਸੀਂ ਪ੍ਰਾਪਤ ਕਰਨਾ ਹੈ, ਤੇ ਉਹਦੇ ਨਾਲ ਜੁੜਨ ਦਾ ਕੀ ਅਰਥ ਹੋਏਗਾ ਕਿ ਸਾਨੂੰ ਇਹਨਾਂ ਚੀਜ਼ਾਂ ਵਿੱਚ ਕੋਈ ਵੀ ਤੰਗ ਨਹੀਂ ਕਰੇਗੀ। ਮਰਤ ਨਾ ਸੋਗ ਦੇਓਗੀ, ਗੁਰਬਾਣੀ ਕਹਿੰਦੀ ਹੈ ਕਿ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅੰਧਨ ਉਸਤਤ ਹੋਵੈ। ਜਿਹੜਾ ਹਮੇਸ਼ਾ ਉਸ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਉਹ ਤਾਂ ਸਹਿਜ ਦਾ ਜੀਵਨ ਜਿਉਂਦਾ ਹੈ, ਉਹਨੂੰ ਨਾ ਮਰਨ ਦਾ ਡਰ ਹੈ, ਨਾ ਸੋਗ ਹੈ, ਤੇ ਨਾ ਕੋਈ ਹੋਰ ਦੁੱਖ। ਹੁਣ ਮੌਤ ਦਾ ਭੈ ਤੇ ਕਬੀਰ ਜੀ ਕਹਿ ਰਹੇ ਹਨ ਕਿ ਮੈਨੂੰ ਹੈ ਨਹੀਂ, ਭਾਵ ਜਨਮ ਮਰਨ ਕੇ ਮਿਟੇ ਉਦੇਸ਼ੇ ਸਾਧੂ ਕਹਿ ਪੂਰਨ ਉਪਦੇਸ਼। ਜਦੋਂ ਸਤਿਗੁਰੂ ਦੀ ਸਿੱਖਿਆ ਲੈ ਕੇ ਅਕਾਲ ਪੁਰਖ ਦੇ ਨਾਲ ਅਸੀਂ ਜੁੜ ਗਏ, ਤੇ ਫਿਰ ਜਨਮ ਤੇ ਮਰਨ ਦੇ, ਮੌਤ ਦੇ ਤਾਂ ਕੀ, ਜਨਮ ਮਰਨ ਜਿਹੜਾ ਆਵਣ ਜਾਣ ਹੈ, ਉਹ ਸਾਰੇ ਹੀ ਸ਼ੱਕ ਡਰ ਚਿੰਤਾਵਾਂ ਤੋਂ ਖਤਮ ਹੋ ਜਾਂਦੇ। ਤੋ ਇਸ ਰਹਾਉ ਦੀ ਪੰਕਤੀ ਦੇ ਵਿੱਚ ਕਬੀਰ ਜੀ ਨੇ ਸਾਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਕ੍ਰਿਸ਼ਤ ਵਿੱਚ ਰਹਿੰਦੇ ਹਾਂ, ਮਾਇਆ ਦੇ ਵਿੱਚ ਰਹਿੰਦੇ ਹਾਂ, ਉਹਦੇ ਨਾਲ ਜੁੜਨਾ ਹੈ, ਤੇ ਫਿਰ ਇਹ ਜੀਵਨ ਦੀਆਂ ਨਿਆਮਤਾਂ ਉਹਦੇ ਨਾਲ ਜੁੜਨ ਕਰਕੇ ਸਾਨੂੰ ਪ੍ਰਾਪਤ ਹੋ ਜਾਣਗੀਆਂ। ਮਰਤ ਨਾ ਸੋਗ ਦਿਓ, ਅੱਗੇ ਆ ਫਰਮਾਉਂਦੇ ਹਨ, ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਦਾ। ਹੁਣ ਸੁਰਤ ਸ਼ਬਦ ਜੋ ਹੈ ਇਹ ਸ਼ਰੁਤੀ ਤੋਂ ਬਣਿਆ ਹੈ, ਜਿਹਦਾ ਭਾਵ ਹੈ ਸੁਣਨਾ, ਤੇ ਸਿਮਰਤ ਦਾ ਅਰਥ ਹੈ ਚੇਤਾ ਕਰਨਾ, ਸਿਮ੍ਰਤੀ। ਕੰਨੀ ਮੁੰਦਾ, ਇੱਥੇ ਮੁੰਦਰਾਂ ਦੀ ਗੱਲ ਕੀਤੀ ਹੈ ਕਬੀਰ ਜੀ ਨੇ, ਕਿਉਂਕਿ ਜਿਹੜੀਆਂ ਮੁੰਦਰਾਂ ਹਨ ਉਹ ਜੋਗ ਮਤ ਦੇ ਜਿਹੜਾ ਇੱਕ ਨਾਥ ਫਿਰਕਾ ਹੈ ਜਿਹਦਾ ਹੈੱਡਕੁਆਟਰ ਗੋਰਖਪੁਰ ਦੇ ਵਿੱਚ ਹੈ, ਜਿਹਨਾਂ ਨੂੰ ਕੰਨ ਫਟੇ ਜੋਗੀ ਵੀ ਕਿਹਾ ਜਾਂਦਾ ਹੈ, ਉਹ ਜਦੋਂ ਕੋਈ ਔਗੜ ਭਾਵ ਸਿਖਿਆਰਥੀ ਜਿਹੜਾ ਹੈ ਜੋਗੀ ਨਾਥ ਬਣਾਇਆ ਹੈ, ਤਾਂ ਉਹਦੇ ਕੰਨਾਂ ਦੇ ਵਿੱਚ ਜਿਹੜੀ ਉੱਪਰਲੇ ਹਿੱਸੇ ਦੇ ਵਿੱਚ ਕਾਰਟੀਲੇਜ ਹੁੰਦੀ ਹੈ, ਉਹਨੂੰ ਪਾੜਿਆ ਜਾਂਦਾ ਹੈ ਇੱਕ ਖਾਸ ਇੰਸਟਰੂਮੈਂਟ ਨਾਲ, ਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਜ਼ਖਮ ਠੀਕ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਮੁੰਦਰਾਂ ਪਾਈਆਂ ਜਾਂਦੀਆਂ ਹਨ, ਫਿਰ ਉਹ ਨਾਥ ਖਵਾਨ ਦੇ ਕਾਬਲ ਹੋ ਜਾਂਦਾ ਹੈ। ਇਹ ਸਿੰਬਲ ਹੈ ਕਿ ਇਹ ਜੋ ਹੈ ਇਹ ਹੁਣ ਨਾਥ ਹੈ, ਪੁੱਗਾ ਹੋਇਆ, ਸਿੱਖਿਆ ਪ੍ਰਾਪਤ ਕਰ ਚੁੱਕਾ, ਐਲੀਜੀਬਿਲਟੀ ਕ੍ਰਾਈਟੀਰੀਆ ਪੂਰੇ ਕਰ ਚੁੱਕਾ ਜੋਗੀ ਹੈ, ਔਰ ਇਹਨੂੰ ਬਹੁਤ ਸੰਭਾਲ ਕੇ ਰੱਖਦੇ ਹਨ। ਇਹ ਇੱਕ ਨਿਸ਼ਾਨੀ ਦੇ ਤੌਰ ਤੇ ਹੈ, ਔਰ ਜੇ ਕਿਸੇ ਦੀਆਂ ਮੁੰਦਰਾਂ ਟੁੱਟ ਜਾਣ ਤੇ ਫਿਰ ਉਨੀ ਦੇਰ ਉਹ ਕੁਛ ਖਾਂਦੇ ਪੀਂਦੇ ਨਹੀਂ, ਤੇ ਜੇ ਖਿੱਚ ਕੇ ਕੰਨ ਨੂੰ ਪਾੜ ਕੇ ਨਿਕਲ ਆਵੇ ਤੇ ਉਹ ਜੋਗੀ ਨੂੰ ਫਿਰ ਪਰਮਾਨੈਂਟਲੀ ਆਪਣੇ ਫਿਰਕੇ ਤੋਂ ਬਾਹਰ ਕਰ ਦਿੰਦੇ ਹਨ। ਇਹਨਾਂ ਦੀ ਬੜੀ ਇੰਪੋਰਟੈਂਸ ਹੈ ਤੇ ਉਹ ਇਸ ਨੂੰ ਬੜੀ ਵੱਡੀ ਨਿਸ਼ਾਨੀ ਮੰਨਦੇ ਹਨ, ਦੋਨੋਂ ਕੰਨਾਂ ਵਿੱਚ ਪਈਆਂ ਹੋਈਆਂ ਮੁੰਦਰਾਂ। ਹੁਣ ਇਹ ਨਿਸ਼ਾਨੀ ਹੈ ਕਿ ਵੀ ਇਹ ਇੱਕ ਖਾਸ ਫਿਰਕੇ ਦਾ ਮਤ ਦਾ ਅਨੁਆਈ ਹੈ, ਉਹਦਾ ਧਾਰਨੀ ਹੈ। ਕਬੀਰ ਜੀ ਕਹਿ ਰਹੇ ਹਨ ਕਿ ਮੇਰੀਆਂ ਮੁੰਦਰਾਂ, ਭਾਵ ਮੇਰੇ ਜੀਵਨ ਦੇ ਵਿੱਚ ਮੈਂ ਕਿਸ ਪੰਥ ਦੇ ਵਿੱਚ ਹਾਂ, ਉਹਦੀ ਨਿਸ਼ਾਨੀ ਕੀ ਹੈ, ਪ੍ਰਭੂ ਦੇ ਚਰਨਾਂ ਦੇ ਵਿੱਚ ਸੁਰਤ ਜੋੜਨੀ ਤੇ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਸਿਮਰਨ, ਸੁਰਤ ਤੇ ਸਿਮਰਤ, ਇਹ ਦੋਨੋਂ ਚੀਜ਼ਾਂ ਨੂੰ ਇਉਂ ਸਮਝੋ ਕਿ ਇਹ ਮੇਰੇ ਪੰਥ ਦੀਆਂ, ਮੇਰੇ ਧਰਮ ਦੀਆਂ, ਮੇਰੇ ਜੋ ਮਾਰਗ ਹੈ ਉਹਦੀਆਂ ਵੱਡੀਆਂ ਨਿਸ਼ਾਨੀਆਂ ਨੇ, ਮੈਂ ਕੰਨਾਂ ਵਿੱਚ ਪਾਈਆਂ ਹੋਈਆਂ। ਤੂੰ ਇਹ ਸਮਝ, ਤੂੰ ਕੰਨਾਂ ਵਿੱਚ ਮੁੰਦਰਾਂ ਪਾ ਰਿਹਾ ਹੈ ਨਾ, ਤੇ ਮੇਰੇ ਧਰਮ ਦੀਆਂ ਇਹ ਦੋ ਮੁੰਦਰਾਂ ਹਨ, ਸਭ ਤੋਂ ਵੱਡੀਆਂ ਨਿਸ਼ਾਨੀਆਂ ਹਨ। ਪਰਮਿਤ ਬਾਹਰ ਖਿੰਥਾ, ਹੁਣ ਖਿੰਥਾ ਜਿਹੜੀ ਹੁੰਦੀ ਹੈ ਉਹਨਾਂ ਦੀ, ਉਹ ਗੁਦੜੀ ਗੋਦੜੀ ਹੁੰਦੀ ਹੈ ਜੋ ਆਪਣੇ ਨਾਲ ਰੱਖਦੇ ਹਨ, ਆਪਣੇ ਉੱਪਰ ਰੱਖਦੇ ਹਨ, ਤੇ ਇਹ ਬਾਹਰ ਦੇ ਸਰੀਰ ਦੇ ਬਾਹਰ ਦੇ ਚਿੰਨ੍ਹਾਂ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਇੱਕ ਪਾਸੇ ਮੁੰਦਾ ਤੇ ਇੱਕ ਪਾਸੇ ਖਿੰਥਾ ਦੀ। ਪਰ ਇਹਦੇ ਉਲਟ ਵਿੱਚ ਖਿੰਥਾ ਦਾ ਇਕੁਇਵਲੈਂਟ ਕਬੀਰ ਜੀ ਸਾਨੂੰ ਕੀ ਦੱਸ ਰਹੇ ਹਨ,
ਕਿ ਪਰ ਮਿਤ ਮਿਤ ਦਾ ਅਰਥ ਹੁੰਦਾ ਹੈ ਕਿਸੇ ਦੇ ਬਾਰੇ ਗਿਆਨ ਪ੍ਰਾਪਤ ਕਰਨਾ, ਤੇ ਪਰਮਿਤ ਬਣਿਆ ਹੈ ਪਰ ਸ਼ਬਦ ਜੋ ਵਰਤਿਆ ਜਾਂਦਾ ਹੈ ਉਹ ਇੱਕ ਉੱਚੇ ਦਰਜੇ ਦੀ ਚੀਜ਼ ਦੇ ਵਾਸਤੇ, ਜਿਵੇਂ ਗਿਆਨ ਦੇ ਨਾਲ ਪ੍ਰਗਿਆਨ ਕਿਹਾ ਜਾਂਦਾ, ਹੋਰ ਵੀ ਸ਼ਬਦ ਹਨ। ਇੱਥੇ ਵੀ ਉਹੀ ਸ਼ਬਦ ਕਬੀਰ ਜੀ ਨੇ ਵਰਤਿਆ ਹੈ ਕਿ ਮੇਰਾ ਜੋ ਉੱਚਾ ਜੋ ਯਥਾਰਥ ਦਾ ਗਿਆਨ ਹੈ, ਉਸ ਪ੍ਰਭੂ ਦਾ ਯਥਾਰਥ ਗਿਆਨ ਜਿਹੜਾ ਮੇਰਾ ਹੈ, ਇਹ ਮੇਰੀ ਕਿਤਾਬ। ਭਾਵ ਇਸ ਪੰਕਤੀ ਦੇ ਵਿੱਚ ਉਹਨਾਂ ਨੇ ਤਿੰਨ ਚੀਜ਼ਾਂ ਦਾ ਸਾਨੂੰ ਉਪਦੇਸ਼ ਦਿੱਤਾ, ਸੁਰਤ ਸਿਮਰਤ ਤੇ ਪਰਮਿਤ ਭਾਵ ਯਥਾਰਥ ਦਾ ਗਿਆਨ। ਤੇ ਅੱਗੇ ਆਪ ਫਰਮਾ ਰਹੇ ਹਨ ਕਿ ਸੁਨ ਗੁਫਾ ਮੈਂ ਆਸਨ ਪੈਸਣ ਕਲਪ ਬਿਵਰਜਤ ਪੰਥ। ਗੁਫਾ ਹੁੰਦੀ ਹੈ ਕੰਦਰਾ ਜਿਹਦੇ ਦੇ ਵਿੱਚ ਯੋਗੀ ਬਹਿ ਕੇ ਆਸਨ ਲਗਾ ਕੇ ਤਪੱਸਿਆ ਕਰਦੇ ਹਨ, ਆਪਣਾ ਸਮਾਧੀਆਂ ਲਗਾਉਂਦੇ। ਤੇ ਸੁਨ ਦਾ ਜੋ ਸਿਧਾਂਤ ਹੈ ਇਹ ਆਇਆ ਤਾਂ ਯੋਗ ਮਤ ਤੇ ਬੁੱਧ ਮਤ ਦੇ ਮਿਲਾਪ ਦੇ ਵਿੱਚੋਂ ਹੈ, ਜਿਹਦਾ ਮਤਲਬ ਹੁੰਦਾ ਹੈ ਕਿ ਜਿੱਥੋਂ ਜਦੋਂ ਕੁਛ ਵੀ ਨਹੀਂ ਹੁੰਦਾ, ਸੁੰਝ ਹੁੰਦੀ ਹੈ, ਵੈਕਿਊਮ ਹੁੰਦਾ ਹੈ, ਚੁੱਪ ਚਾਹ ਹੁੰਦੀ ਹੈ, ਜਿੱਥੇ ਕੋਈ ਫੁੱਲਣਾ ਨਾ ਫੁਰੇ ਮਨ ਦੇ ਵਿੱਚ। ਸੁਨ ਗੁਫਾ ਮੈਂ, ਕਬੀਰ ਜੀ ਕਹਿੰਦੇ ਹਨ ਕਿ ਮੈਂ ਮੇਰਾ ਆਸਣ ਜਿਹੜਾ ਹੈ ਉਹ ਸੁਨ ਦੀ ਗੁਫਾ ਦੇ ਵਿੱਚ ਲੱਗਦਾ, ਕਿ ਜਦੋਂ ਮੇਰੇ ਮਨ ਦੇ ਅੰਦਰ ਮੇਰੀ ਅਫੁਰ ਅਵਸਥਾ ਹੈ, ਭਾਵ ਜੋ ਦੁਨਿਆਵੀ ਫੁਰਨਿਆਂ ਤੋਂ ਮੇਰਾ ਮਨ ਮੁਕਤ ਹੁੰਦਾ ਹੈ, ਇਹੀ ਮੇਰੀ ਗੁਫਾ, ਤਾਂ ਕਿ ਮੈਂ ਪੂਰੀ ਤਰ੍ਹਾਂ ਆਪਣੇ ਮਨ ਨੂੰ ਪ੍ਰਭੂ ਦੇ ਨਾਲ ਜੋੜ ਸਕਾਂ। ਮਾਇਆ ਦੇ ਫੁਰਨਿਆਂ ਤੋਂ ਰਹਿਤ ਜਿਹੜੀ ਅਫੁਰ ਅਵਸਥਾ ਹੈ, ਤੋ ਇਸ ਅਵਸਥਾ ਦੇ ਵਿੱਚ ਉਹ ਕਹਿੰਦੇ ਹਨ ਇਹ ਮੇਰੀ ਗੁਫਾ ਹੈ। ਆਸਣ ਬੈਸ, ਆਸਣ ਹੁੰਦਾ ਹੈ ਬੈਠਣ ਦੀ ਥਾਂ ਵੀ ਹੁੰਦੀ ਹੈ, ਜਦੋਂ ਅਸੀਂ ਬੈਠਦੇ ਹਾਂ ਥੱਲੇ ਕੁਛ ਵਿਛਾਉਂਦੇ ਹਾਂ, ਜਾਂ ਸਾਡੇ ਕੱਪੜੇ ਦਾ ਉਹ ਹਿੱਸਾ ਜਿਹਦੇ ਉੱਤੇ ਅਸੀਂ ਬੈਠਦੇ ਹਾਂ ਉਹਨੂੰ ਅਸੀਂ ਆਸਣ ਕਹਿੰਦੇ ਹਾਂ, ਭਾਵ ਬੈਠਣ ਦੀ ਥਾਂ। ਮੇਰੇ ਬੈਠਣ ਦੀ ਥਾਂ ਕਿਹੜੀ ਹੈ? ਉਹ ਅਫੁਰ ਅਵਸਥਾ ਜਿਹੜੀ ਹੈ ਮੇਰੀ, ਉਹੀ ਮੇਰੀ ਗੁਫਾ ਹੈ ਤੇ ਉਹ ਮੇਰੇ ਬੈਠਣ ਦੀ ਥਾਂ ਹੈ। ਆਸਣ ਬੈਸਣ, ਤੋ ਇਹ ਜੋ ਦੁਨਿਆਵੀ ਧੰਦਿਆਂ ਦੇ ਫੁਲਣਿਆਂ ਨੂੰ ਮੈਂ ਪੈਦਾ ਨਹੀਂ ਹੋਣ ਦਿੰਦਾ, ਮਾਇਆ ਤੋਂ ਅਫੁਰ ਅਵਸਥਾ ਮੇਰੀ ਜਿਹੜੀ ਹੈ ਉਹ ਮੇਰੀ ਗੁਫਾ ਹੈ, ਤੇ ਜਗਤ ਵਿੱਚ ਰਹਿੰਦਿਆਂ ਹੀ ਮੈਂ ਅਫੁਰ ਰਹਿ ਕੇ ਜਗਤ ਦੇ ਫੁਲਣਿਆਂ ਤੋਂ ਮੁਕਤ ਰਹਿ ਕੇ ਉਸ ਪ੍ਰਭੂ ਦੇ ਨਾਲ ਮੈਂ ਇੱਕਮਿਕ ਹੋ ਜਾਂਦਾ ਹਾਂ, ਉਹਦੀ ਯਾਦ ਦੇ ਵਿੱਚ ਇੱਕਮਿਕ ਹੋ ਜਾਂਦਾ ਹਾਂ। ਕਲਪ ਬਿਵਰਜਿਤ ਪੰਥਾ, ਹੁਣ ਕਲਪ ਦਾ ਕੀ ਅਰਥ ਹੈ? ਅਸੀਂ ਆਮ ਵਰਤਦੇ ਹਾਂ ਜਦੋਂ ਅਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਹੋਈਏ, ਭੱਜ ਦੌੜ ਦੇ ਵਿੱਚ ਹੋਈਏ, ਤੇ ਅਸੀਂ ਕਹਿੰਦੇ ਹਾਂ ਮੈਂ ਕਲਪਿਆ ਹੋਇਆ ਹਾਂ ਜਾਂ ਫਲਾਣਾ ਕਲਪਿਆ ਹੋਇਆ ਹੈ, ਬੜੀ ਕਲਪਨਾ ਲੱਗੀ ਹੋਈ ਹੈ। ਇਹ ਜਿਹੜੀ ਭੱਜ ਦੌੜ ਰੈਸਟਲੈਸਨੈਸ ਜਿਹੜੀ ਅਸੀਂ ਦੁਨੀਆਂ ਦੇ ਵਿੱਚ ਅਕਸਰ ਮਹਿਸੂਸ ਕਰਦੇ ਹਾਂ, ਉਹਨੂੰ ਕਲਪ ਉਹਨਾਂ ਨੇ ਕਿਹਾ ਹੈ ਕਿ ਇਹ ਕਲਪਨਾ ਹੈ, ਮੈਨੂੰ ਟਿਕ ਕੇ ਬਹਿਣ ਨਹੀਂ ਦਿੰਦੀ, ਮੇਰੀ ਅਵਸਥਾ ਟਿਕ ਕੇ ਨਹੀਂ ਹੁੰਦੀ। ਤਾਂ ਕਬੀਰ ਜੀ ਕਹਿੰਦੇ ਹਨ ਕਿ ਕਲਪ ਬਿਵਰਜਿਤ ਪੰਥਾ, ਪੰਥਾ ਮੇਰਾ ਤੇ ਰਾਹ ਇਹ ਹੈ ਕਿ ਜਦੋਂ ਮੈਂ ਸੁਨ ਗੁਫਾ ਭਾਵ ਅਫੁਰ ਅਵਸਥਾ ਵਿੱਚ ਆ ਕੇ ਉਸ ਪ੍ਰਭੂ ਦੇ ਵਿੱਚ ਮਗਨ ਹੋ ਜਾਂਦਾ ਹਾਂ, ਤਾਂ ਫਿਰ ਇਹ ਮੇਰੇ ਮਾਰਗ ਦੇ ਵਿੱਚ ਇਹ ਜਿਹੜੀ ਕਲਪਨਾ ਹੈ ਇਹ ਖਤਮ ਹੋ ਜਾਂਦੀ ਹੈ, ਇਹ ਵਿਵਰਜਿਤ ਹੋ ਜਾਂਦੀ ਹੈ। ਇਹ ਦੁਨੀਆਂ ਦੀਆਂ ਵਾਸ਼ਨਾਵਾਂ ਨੂੰ ਤਿਆਗ ਦੇਣ ਦਾ ਮੇਰਾ ਪੰਥ ਹੈ, ਜਗਤ ਦੀ ਕਲਪਨਾ ਭੱਜ ਦੌੜ ਤਿਆਗ ਕੇ ਰਹਿਣਾ ਤਾਂ ਜਗਤ ਦੇ ਵਿੱਚ ਹੈ। ਤਿਆਗਣਾ ਕੀ ਹੈ? ਇਹ ਭੱਜ ਦੌੜ ਨੂੰ ਤਿਆਗਣਾ ਹੈ, ਦੁਨੀਆਂ ਦੇ ਫੁਲਣਿਆਂ ਨੂੰ ਤਿਆਗਣਾ ਹੈ, ਤੇ ਉਸ ਪ੍ਰਭੂ ਦੇ ਨਾਲ ਜੁੜ ਕੇ ਆਪਣੇ ਨਿੱਤ ਦੇ ਕਾਰਜ ਕਰਨੇ ਹਨ, ਗ੍ਰਹਿਸਥੀ ਦੀਆਂ ਗ੍ਰਹਿਸਥੀ ਦੇ ਫਰਜ਼ ਜਿਹੜੇ ਹਨ ਉਹ ਪੂਰੇ ਕਰਨੇ ਹਨ, ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ, ਪਰ ਨਾਲ ਹੀ ਉਸ ਪ੍ਰਭੂ ਦੀ ਯਾਦ ਦੇ ਵਿੱਚ ਹਰ ਵੇਲੇ ਜੁੜੇ ਰਹਿਣਾ ਹੈ। ਤੇ ਹੇ ਜੋਗੀ, ਹੇ ਮੇਰੇ ਰਾਜਨ, ਹੇ ਮੇਰੇ ਪਾਤਸ਼ਾਹ, ਵਾਹਿਗੁਰੂ, ਮੈਂ ਤਾਂ ਇਹੋ ਜਿਹਾ ਜੋਗੀ ਹਾਂ ਜਿਹੜਾ ਦੁਨੀਆਂ ਦੇ ਫੁਲਣਿਆਂ ਤੋਂ ਮੁਕਤ ਹਾਂ, ਤੇ ਉਸ ਪ੍ਰਭੂ ਦੀ ਯਾਦ ਨਾਲ ਜੁੜਿਆ ਹੋਇਆ ਹਾਂ, ਤੇ ਮੇਰੇ ਜੀਵਨ ਦੇ ਵਿੱਚ ਕੋਈ ਤੰਗ ਕਰਨ ਵਾਲੀ ਕਲਪਨਾ, ਵਰਤ, ਸੋਗ, ਵਿਯੋਗ ਮੇਰੇ ਜੀਵਨ ਦੇ ਵਿੱਚ ਕੁਛ ਨਹੀਂ ਹੈ, ਮੈਂ ਐਸਾ ਬੈਰਾਗੀ ਜੋਗੀ ਹਾਂ। ਹੁਣ ਅੱਗੇ ਕਬੀਰ ਜੀ ਫਰਮਾਉਂਦੇ ਹਨ, ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ।
खंड ब्रह्मंड में सिंगी इहदा अर्थ है कि सिंगी जोगियां दा एक हाथ विच होड़न वाली सीटी जी हुंदी है, बड़ी छोटी जी, जिहड़ी सिंघ तो बनी हुंदी है। आम तौर दे उत्ते सब तो पवित्र गैंडे दे सिंघ नूं मंनदे आ, क्योंकि सनातन समय दे उत्तों ही गैंडे नूं पवित्र जानवर मन्नया जांदा रहा, जिहदी बलि देनी बहुत पवित्र मनी जांदी सी। ਉਹਦੇ ਚੋਂ ਉਹ ਜਦੋਂ ਖਾਣ ਪੀਣ ਲੱਗਦੇ ਹਨ ਸਵੇਰੇ ਸ਼ਾਮ ਤਾਂ ਸਿੰਘੀ ਦੇ ਨਾਲ ਉਹ ਆਵਾਜ਼ ਕਰਦੇ ਹਨ, ਜਦੋਂ ਪੂਜਾ ਕਰਨ ਲੱਗਦੇ ਹਨ, ਕੋਈ ਹੋਰ ਕਰਮ ਕਰਨ ਲੱਗਦੇ ਹਨ, ਤੇ ਹੋਰ ਵੀ ਥਾਵਾਂ ਦੇ ਉੱਤੇ ਇਸ ਨੂੰ ਵਜਾਉਂਦੇ ਹਨ, ਉਹ ਬਾਰ ਬਾਰ ਇਸ ਨੂੰ ਵਜਾਉਂਦੇ ਹਨ। ਤੇ ਹੁਣ ਕਬੀਰ ਜੀ ਕਹਿ ਰਹੇ ਹਨ ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰੀ ਸਿੰਘੀ ਕੀ ਹੈ ਕਿ ਮੈਂ ਉਹ ਜਿਹੜਾ ਖੰਡ ਬ੍ਰਹਿਮੰਡ ਜੋ ਸਾਰਾ ਜਗਤ ਹੈ, ਜਿਹੜਾ ਉਹ ਸਾਰੇ ਜਗਤ ਦੇ ਵਿੱਚ ਪ੍ਰਭੂ ਹੈ, ਸਮਾਇਆ ਹੋਇਆ ਹੈ, ਮੈਂ ਖੰਡ ਬ੍ਰਹਿਮੰਡ ਮੈਂ, ਜਿਹੜਾ ਇਸ ਜਗਤ ਦੇ ਵਿੱਚ ਸਰਵ ਵਿਆਪਕ ਪ੍ਰਭੂ ਹੈ, ਮੈਂ ਤਾਂ ਉਹਦੀ ਸਿੰਘੀ ਵਜਾ ਰਿਹਾ ਹਾਂ, ਮੈਂ ਉਹਦਾ ਹੋਕਾ ਦੇ ਰਿਹਾ ਹਾਂ, ਮੈਂ ਸਭ ਨੂੰ ਉਹਦਾ ਸੁਨੇਹਾ ਦੇ ਰਿਹਾ ਹਾਂ ਕਿ ਉਹ ਪ੍ਰਭੂ ਜੋ ਹੈ ਉਹ ਸਰਵ ਸ਼ਕਤੀਮਾਨ ਹੈ, ਇਸ ਜਗਤ ਨੂੰ ਬਣਾਉਣ ਵਾਲਾ ਹੈ, ਇਸ ਜਗਤ ਦੇ ਵਿੱਚ ਹੈ, ਇਸ ਜਗਤ ਦੇ ਵਿੱਚ ਨਿਵਾਸ ਕਰਦਾ ਹੈ, ਇਹੀ ਮੈਂ ਸਿੰਘੀ ਵਜਾਉਂਦਾ ਹਾਂ, ਮੈਨੂੰ ਹੋਰ ਕੋਈ ਸਿੰਘੀ ਵਜਾਉਣ ਦੀ ਲੋੜ ਨਹੀਂ, ਮੈਂ ਤਾਂ ਹੋਕਾ ਦੇਣ ਵਾਲਾ। ਜਿਵੇਂ ਕਿ ਸਾਨੂੰ ਗੁਰਬਾਣੀ ਦੇ ਵਿੱਚ ਹੋਰ ਵੀ ਥਾਵਾਂ ਦੇ ਉੱਤੇ ਉਪਦੇਸ਼ ਮਿਲਦਾ ਹੈ ਕਿ ਜੇ ਅਸੀਂ ਆਪ ਪ੍ਰਭੂ ਨਾਲ ਜੁੜਨਾ ਹੈ ਤੇ ਦੂਜਿਆਂ ਨੂੰ ਵੀ ਇਹ ਸੁਨੇਹਾ ਦੇਣਾ, ਆਪ ਜਪੈ ਅਵਰੈ ਨਾਮ ਜਪਾਵੈ ਦਾ ਜੋ ਸਿਧਾਂਤ ਹੈ, ਇੱਥੇ ਕਬੀਰ ਜੀ ਉਹਨੂੰ ਹੀ ਪ੍ਰਗਟ ਕਰ ਰਹੇ ਹਨ ਕਿ ਖੰਡ ਬ੍ਰਹਿਮੰਡ ਮੈਂ ਸਿੰਘੀ, ਮੈਂ ਹੋਕਾ ਦੇ ਰਿਹਾ ਉਸ ਪ੍ਰਭੂ ਦਾ, ਮੈਂ ਉਹਦਾ ਸੁਨੇਹਾ ਸਭ ਨੂੰ ਦੇ ਰਿਹਾ ਹਾਂ। ਤੇ ਇੱਕ ਜੋਗੀਆਂ ਨੇ ਬਟੂਆ ਫੜਿਆ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੇ ਭਸਮ ਰੱਖੀ ਹੁੰਦੀ ਹੈ, ਤੇ ਭਸਮ ਉਹ ਧਾਰਨ ਕਰਦੇ ਹਨ ਸਰੀਰ ਦੇ ਉੱਤੇ ਕੁਛ ਹਿੱਸਿਆਂ ਉੱਤੇ, ਤੇ ਕਈ ਫਿਰਕੇ ਹਨ ਜਿਹੜੇ ਪੂਰੇ ਸਰੀਰ ਤੇ ਮਰ ਲੈਂਦੇ ਹਨ, ਜਿਹੜੇ ਉੱਧਰ ਰਹਿੰਦੇ ਹਨ ਸ਼ਮਸ਼ਾਨ ਘਾਟ ਦੇ ਵਿੱਚ, ਉੱਥੇ ਪੂਰੇ ਸਰੀਰ ਦੇ ਵਿੱਚ ਵੀ ਮਰ ਲੈਂਦੇ ਹਨ। ਕਈ ਜੋਗੀਆਂ ਦੇ ਫਿਰਕੇ ਅਸੀਂ ਕੁੰਭ ਦੇ ਉੱਤੇ ਉਹ ਨਾਂਗੇ ਸਾਧੂਆਂ ਦੇ ਇਸ਼ਨਾਨ ਵਗੈਰਾ ਦੇਖਦੇ ਹਾਂ, ਸਿਰਾਂ ਦੇ ਵਿੱਚ ਵੀ ਉਹਨਾਂ ਨੇ ਸੋਹਾ ਪਾਈ ਹੁੰਦੀ ਹੈ। ਤੇ ਉਹ ਕਹਿੰਦੇ ਹਨ ਕਿ ਇਸਦਾ ਅਰਥ ਇਹ ਹੈ ਕਿ ਸਾਨੂੰ ਹਮੇਸ਼ਾ ਯਾਦ ਰਵੇ ਕਿ ਮੈਂ ਹੁਣ ਇੱਕ ਤਾਂ ਜਗਤ ਵੱਲੋਂ ਮਰ ਚੁੱਕਾ ਹਾਂ, ਹੁਣ ਮੈਂ ਜਗਤ ਦੇ ਵਾਸਤੇ ਜਿਉਂਦਾ ਨਹੀਂ ਹਾਂ, ਕਿਉਂਕਿ ਮੈਂ ਵੈਰਾਗੀ ਹਾਂ, ਤਿਆਗੀ ਹਾਂ। ਤੇ ਕੁਛ ਇਹਦਾ ਅਰਥ ਇਹ ਵੀ ਕਹਿੰਦੇ ਹਨ ਕਿ ਸਾਨੂੰ ਹਰ ਵੇਲੇ ਮੌਤ ਜਿਹੜੀ ਹੈ ਉਹ ਯਾਦ ਰਵੇ, ਕਿ ਵੀ ਮੈਂ ਹੁਣ ਖਤਮ ਹੋ ਵੀ ਜਾਣਾ ਹੈ, ਮੈਨੂੰ ਹਰ ਵੇਲੇ ਇਹ ਯਾਦ ਰੱਖੇ। ਤੇ ਕਬੀਰ ਜੀ ਇਹਦਾ ਕੀ ਕਹਿੰਦੇ ਹਨ ਕਿ ਅਸਲ ਦੇ ਵਿੱਚ ਤਾਂ ਇਹਦੇ ਲਾਉਣ ਦੀ ਲੋੜ ਕੀ ਹੈ, ਸਾਰਾ ਜੱਗ ਹੀ ਨਾਸ਼ਮਾਨ ਹੈ, ਸਭ ਜੱਗ ਭਸਮਾਂ ਧਾਰੀ ਸਮਝ ਲਓ, ਤੇ ਸਾਰੇ ਜੱਗ ਨੇ ਹੀ ਇਹ ਜੋ ਨਾਸ਼ਵੰਤ ਹੈ ਸਮਝ ਲਓ, ਕਿ ਇਹ ਸਿੰਬਲ ਤਾਂ ਸਾਰਿਆਂ ਦੇ ਉੱਤੇ ਹੀ ਲੱਗਾ ਹੋਇਆ, ਕਿਉਂਕਿ ਹਰੇਕ ਦੇ ਮੱਥੇ ਉੱਤੇ ਲਿਖਿਆ ਕਿ ਉਹਨੇ ਚਲੇ ਜਾਣਾ ਹੈ, ਸਾਰੇ ਜੱਗ ਨੂੰ ਹੀ ਨਾਸ਼ਵੰਤ ਸਮਝ ਲੈਣਾ, ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ, ਤੁਸੀਂ ਵੀ ਸ਼ਾਮਿਲ ਹੋ, ਜੋਗੀ ਵੀ ਸ਼ਾਮਿਲ ਹਨ, ਸਾਰੇ ਸ਼ਾਮਿਲ ਹਨ, ਇਹੀ ਮੇਰਾ ਪਟੂਆ ਹੈ। ਮੈਂ ਹਰ ਵੇਲੇ ਮੌਤ ਨੂੰ ਯਾਦ ਰੱਖਦਾ ਹਾਂ, ਪੂਰੇ ਜਗਤ ਨੂੰ ਨਾਸ਼ਵੰਤ ਸਮਝਦਾ ਹਾਂ, ਤਾਂ ਕਿ ਮੈਂ ਉਸ ਪ੍ਰਭੂ ਦੇ ਨਾਲ ਜੁੜਾਂ, ਤੇ ਉਹ ਪ੍ਰਭੂ ਜਿਹਦਾ ਮੈਂ ਹੋਕਾ ਦੇ ਰਿਹਾ ਹਾਂ ਖੰਡ ਬ੍ਰਹਿਮੰਡ। ਤੇ ਫਿਰ ਅੱਗੇ ਕਬੀਰ ਜੀ ਫੁਰਮਾ ਰਹੇ ਹਨ, ਤਾੜੀ ਲਾਗੀ ਤ੍ਰਿਪਲ ਪਲਟੀ। ਤਾੜੀ ਦਾ ਅਰਥ ਹੁੰਦਾ ਹੈ, ਆਮ ਤੌਰ ਤੇ ਅਸੀਂ ਜਿਵੇਂ ਅੱਖਾਂ ਉੱਪਰ ਵੱਲ ਨੂੰ ਬੈਠ ਕੇ ਕੋਈ ਸੋਚ ਰਿਹਾ ਹੋਵੇ ਤੇ ਤਾੜੀ ਲਾਈ ਕਹਿ ਦਿੰਦੇ ਹਾਂ ਅਸੀਂ, ਜਾਂ ਕਿਸੇ ਚੀਜ਼ ਦੇ ਵਿੱਚ ਮਗਨ ਹੋਵੇ, ਜਿਵੇਂ ਆਮ ਤੌਰ ਤੇ ਸਮਾਧੀਆਂ ਲਗਾਈਆਂ ਜਾਂਦੀਆਂ ਨੇ, ਤਾਂ ਤਾੜੀ ਦਾ ਅਰਥ ਇੱਥੇ ਹੋਇਆ ਕਿ ਸਮਾਧੀ ਲਾਉਣਾ। ਤ੍ਰਿਪਲ, ਤ੍ਰਿਪਲ ਦਾ ਅਸਲ ਦੇ ਵਿੱਚ ਤੇ ਅਰਥ ਹੈ ਬੇਚੈਨੀ। ਜਦੋਂ ਸਾਡੇ ਮਨ ਦੇ ਵਿੱਚ ਕਿਸੇ ਚੀਜ਼ ਦੇ ਵਾਸਤੇ ਬਹੁਤ ਇੱਛਾ ਪੈਦਾ ਹੋ ਜਾਏ, ਪਰ ਇਹਦਾ ਅਰਥ ਜਿਹੜਾ ਆਮ ਪ੍ਰੈਕਟੀਕਲ ਲੈਵਲ ਉੱਤੇ ਲਿਆ ਜਾਂਦਾ ਹੈ, ਕਿਉਂਕਿ ਅਸੀਂ ਮਾਇਆ ਦੇ ਵਿੱਚ ਹੀ ਮਗਨ ਰਹਿੰਦੇ ਹਾਂ, ਤਾਂ ਇਹਦਾ ਅਰਥ ਤ੍ਰਿਗੁਣੀ ਮਾਇਆ ਜੋ ਹੈ ਉਹ ਵੀ ਕਰ ਦਿੱਤਾ ਜਾਂਦਾ ਹੈ। ਹੁਣ ਕਬੀਰ ਜੀ ਕਹਿੰਦੇ ਹਨ ਕਿ ਤਾੜੀ ਲਾਗੀ, ਮੇਰੀ ਤਾਂ ਇਹ ਸਮਾਧੀ ਲੱਗੀ ਹੋਈ, ਤਾਂ ਹੋਰ ਕੋਈ ਸਮਾਧੀ, ਕੋਈ ਆਸਣ ਵਿੱਚ ਬੈਠ ਕੇ, ਖਾਸ ਪੋਸਚਰ ਵਿੱਚ ਬੈਠ ਕੇ, ਖਾਸ ਢੰਗ ਦੇ ਨਾਲ, ਕਿਸੇ ਖਾਸ ਜੁਗਤ ਦੇ ਨਾਲ ਮੈਂ ਕੋਈ ਸਮਾਧੀ ਨਹੀਂ ਲਾਉਂਦਾ, ਮੇਰੀ ਸਮਾਧੀ ਕੀ ਹੈ, ਤ੍ਰਿਪਲ ਪਲਟੀ ਹੈ।
ਭਾਵ ਮੈਂ ਜੋ ਇਸ ਮਾਇਆ ਦੇ ਪ੍ਰਭਾਵ ਨੂੰ ਪਲਟ ਦਿੱਤਾ ਹੈ, ਮੈਂ ਇਹਨੂੰ ਪਰਤਾ ਦਿੱਤਾ, ਪਿੱਛੇ ਨੂੰ ਮੋੜ ਦਿੱਤਾ, ਹੁਣ ਮੇਰੇ ਤੇ ਅਸਰ ਨਹੀਂ ਕਰਦੀ, ਮੈਂ ਇਸ ਤੋਂ ਮੁਕਤ ਹੋ ਗਿਆ। ਮੇਰੀ ਤਾਂ ਸਮਾਧੀ ਇਹ ਹੈ ਕਿ ਮੈਂ ਮਾਇਆ ਦੇ ਵਿੱਚ ਲਿਪਤ ਨਾ ਹੋ, ਮੇਰੀ ਸਮਾਧੀ ਇਹ ਹੈ, ਮੇਰੀ ਜੁਗਤ ਇਹ ਹੈ ਕਿ ਮੈਂ ਮਾਇਆ ਤੋਂ ਬਚ ਕੇ ਰਹਾਂ, ਇਹੀ ਸਮਾਧੀ ਹੈ ਮੇਰੀ, ਮੈਨੂੰ ਹੋਰ ਕਿਸੇ ਸਮਾਧੀ ਦੀ ਲੋੜ ਨਹੀਂ ਹੈ। ਛੂਟੇ ਹੋਏ ਪਸਾਰੀ, ਹੁਣ ਇੱਥੇ ਪਸਾਰੀ ਦਾ ਅਰਥ ਵੀ ਪੰਸਾਰੀ ਵੀ ਕੀਤਾ ਜਾਂਦਾ ਹੈ, ਫੈਲਾਵਟ ਵਾਲਾ ਵੀ ਕੀਤਾ ਜਾਂਦਾ ਹੈ, ਤੇ ਇਹਦਾ ਸਾਰਿਆਂ ਦਾ ਪ੍ਰੈਕਟੀਕਲ ਅਰਥ ਹੈ ਛੂਟੇ ਹੋਏ ਪਸਾਰੀ, ਭਾਵ ਜਿਹੜਾ ਪਸਾਰੇ ਦੇ ਵਿੱਚ ਪਸਾਰਾ ਕਰਕੇ ਕ੍ਰਿਸ਼ਤੀ ਬਣ ਕੇ ਰਹਿ ਰਿਹਾ। ਭਾਵ ਮੇਰੀ ਸਮਾਧੀ ਤਾਂ ਹੈ ਕਿ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹਾਂ, ਗ੍ਰਿਸ਼ਤੀ ਹੁੰਦਿਆਂ ਹੋਇਆਂ ਵੀ ਮੈਂ ਮਾਇਆ ਦੇ ਪ੍ਰਭਾਵ ਤੋਂ ਮੁਕਤੀ ਪ੍ਰਾਪਤ ਕੀਤੀ ਹੋਈ ਹੈ। ਛੂਟੇ ਹੋਏ ਪਸਾਰੀ, ਮੈਂ ਇੱਕ ਮੁਕਤੀ ਪ੍ਰਾਪਤ ਕੀਤਾ ਹੋਇਆ ਗ੍ਰਿਸ਼ਤੀ। ਭਾਵ ਇਹ ਹੈ ਕਿ ਮੈਂ ਗ੍ਰਿਸ਼ਤੀ ਹੁੰਦਿਆਂ ਹੋਇਆਂ ਵੀ ਕਿਸ ਤਰ੍ਹਾਂ ਮੁਕਤ ਰਹਿਣਾ, ਇਹ ਜੁਗਤ ਸਾਨੂੰ ਕਬੀਰ ਜੀ ਦੱਸ ਰਹੇ ਹਨ ਕਿ ਤਾੜੀ ਲੱਗ ਗਈ ਰਿਪਲ ਪਲਟੀ ਹੈ, ਮਾਇਆ ਦੇ ਪ੍ਰਭਾਵ ਨੂੰ ਪਲਟਣਾ ਹੈ, ਇਹੀ ਸਾਡੀ ਸਮਾਧੀ ਹੈ, ਤੇ ਇਹੀ ਸਾਡੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਇੱਥੋਂ ਛੁੱਟਣ ਦਾ ਢੰਗ ਹੈ। ਇਹ ਮੇਰੇ ਰਾਜਨ, ਮੈਂ ਐਸਾ ਵੈਰਾਗੀ ਤੇ ਜੁਗੀ ਹਾਂ ਜਿਸ ਨੂੰ ਨਾ ਮਰਨ ਦਾ ਡਰ ਹੈ, ਨਾ ਸੋਗ ਹੈ, ਨਾ ਵਿਯੋਗ ਤੰਗ ਕਰਦਾ ਹੈ, ਮੈਂ ਤਾਂ ਤੇਰੇ ਨਾਲ ਜੁੜਿਆ ਹੋਇਆ ਜੋਗੀ ਹਾਂ, ਤੇਰੇ ਨਾਲ ਜੁੜਿਆ ਹੋਇਆ ਹਾਂ, ਇੱਕ ਯੋਗ ਹੈ ਮੇਰਾ ਤੇ ਤੇਰਾ, ਇੱਕ ਬੜਾ ਪੱਕਾ ਸੰਬੰਧ ਬਣ ਗਿਆ ਹੈ, ਮੈਂ ਐਸਾ ਦੁਨੀਆਂ ਦੇ ਪ੍ਰਭਾਵ ਤੋਂ ਪਲਟਿਆ ਹੋਇਆ ਵੈਰਾਗੀ ਹਾਂ ਤੇ ਤੇਰੇ ਨਾਲ ਜੁੜਿਆ ਹੋਇਆ। ਅੱਗੇ ਕਬੀਰ ਜੀ ਫਰਮਾ ਰਹੇ ਹਨ ਕਿ ਮਨ ਭਵਨ ਦੋਏ ਤੁੰਬਾ ਕਰੀ, ਤੁੰਬਾ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕੱਦੂ ਦੀ ਜ਼ਾਤ ਦਾ ਇੱਕ ਫਲ ਹੁੰਦਾ ਹੈ ਜਿਸ ਦਾ ਬਾਹਰਲਾ ਹਿੱਸਾ ਜਿਹੜਾ ਹੈ ਬੜਾ ਬਾਹਰਲੀ ਉਹਦੀ ਸਕਿਨ ਹੁੰਦੀ ਹੈ ਉਹ ਸਟਰੋਂਗ ਹੁੰਦੀ ਹੈ, ਤੇ ਉਹਨੂੰ ਅਸੀਂ ਆਮ ਦੇਖਦੇ ਹਾਂ ਕਿ ਮਿਊਜ਼ੀਕਲ ਇੰਸਟਰੂਮੈਂਟਸ ਦੇ ਵਿੱਚ ਉਹਨੂੰ ਵਰਤਿਆ ਜਾਂਦਾ ਹੈ, ਜਿਵੇਂ ਸਿਤਾਰ ਦੇ ਥੱਲੇ ਜਿਹੜਾ ਵੱਡਾ ਗੋਲਾ ਲੱਗਾ ਹੁੰਦਾ ਹੈ ਉਹਨੂੰ ਤੁੰਬਾ ਕਿਹਾ ਜਾਂਦਾ ਹੈ, ਵੀਣਾ ਦੇ ਲੱਗਿਆ ਹੁੰਦਾ ਹੈ। ਇਸੇ ਤਰ੍ਹਾਂ ਹੀ ਅਸੀਂ ਤੁੰਬੀ ਜਾਂ ਤੁੰਬਾ ਆਮ ਜੋਗੀਆਂ ਦੇ ਹੱਥਾਂ ਵਿੱਚ ਦੇਖਦੇ ਹਾਂ ਜਿਹਦੇ ਇੱਕ ਸਿਰੇ ਤੇ ਜਾਂ ਦੋਵੇਂ ਸਿਰਿਆਂ ਦੇ ਉੱਤੇ ਇਹੋ ਜਿਹਾ ਲੱਗਿਆ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਇੱਕ ਤਾਰ ਲਗਾਈ ਹੁੰਦੀ ਹੈ, ਉਹਨੂੰ ਇੱਕ ਤਾਰਾ ਵੀ ਕਹਿ ਦਿੰਦੇ ਹਨ, ਤੁੰਬੀ ਕਹਿ ਦਿੰਦੇ ਹਨ, ਇਸ ਤਰ੍ਹਾਂ ਦੇ ਜੋ ਸ਼ਬਦ ਵਰਤਦੇ ਹਨ। ਤਾਂ ਹੁਣ ਇੱਥੇ ਕਬੀਰ ਜੀ ਜੋ ਯੋਗੀਆਂ ਦਾ ਪ੍ਰਵਾਨਿਤ ਤੁੰਬਾ ਹੈ ਜਿਹਦੇ ਦੋ ਸਿਰਿਆਂ ਦੇ ਉੱਤੇ ਛੋਟੇ ਕੱਦੂ ਲੱਗੇ ਹੁੰਦੇ ਹਨ, ਅਸੀਂ ਇਹ ਕਹਿ ਲਈਏ ਕਿ ਇੱਕ ਕਿਸਮ ਦੀ ਇੱਕ ਤਾਰ ਵਾਲੀ ਵੀਣਾ ਜਿਹੀ ਹੁੰਦੀ ਹੈ। ਤੋ ਕਬੀਰ ਜੀ ਕਹਿ ਰਹੇ ਹਨ ਕਿ ਮਨ ਤੇ ਭਵਨ, ਮਨ ਉਹ ਜੋ ਸਾਡਾ ਚੇਤਨ ਹਿੱਸਾ ਹੈ ਜੋ ਸਾਨੂੰ ਦੁਨੀਆਂ ਦੇ ਕਾਰਜ ਕਰਨ ਦੇ ਲਈ ਪ੍ਰੇਰਨਾ ਕਰਦਾ ਹੈ, ਭਾਵ ਸਾਡੀ ਜ਼ਿੰਦਗੀ ਦੇ ਡਾਇਰੈਕਸ਼ਨ ਨੂੰ ਜੋ ਤੈਅ ਤੇ ਪਵਨ ਦਾ ਅਰਥ ਹੈ ਸਵਾਸ, ਜੋ ਪਵਨ ਸਾਡੇ ਅੰਦਰ ਜਾਂਦੀ ਹੈ ਬਾਹਰ ਨਿਕਲਦੀ ਹੈ ਜਿਹਨੂੰ ਅਸੀਂ ਲਾਈਫ ਫੋਰਸ ਕਿਹਾ ਜਾਂਦਾ ਹੈ ਸਾਡੀ ਸਭਿਅਤਾ ਦੇ ਵਿੱਚ, ਕਿ ਇਹ ਜੋ ਜ਼ਿੰਦਗੀ ਦੀ ਜੋ ਮਤਲਬ ਤਾਕਤ ਹੈ ਉਹ ਇੱਥੋਂ ਪ੍ਰਾਪਤ ਹੁੰਦੀ ਹੈ, ਤੇ ਮਨ ਜਿਹੜਾ ਹੈ ਉਹ ਸਾਡੀ ਮੈਂਟਲ ਜਿਹੜੀ ਸਟਰੈਂਥ ਹੈ ਉਹਦਾ ਚਿੰਨ੍ਹ ਹੈ ਕਿ ਸਾਨੂੰ ਡਾਇਰੈਕਸ਼ਨ ਕੀ ਮਿਲੇ। ਤੋ ਇੱਥੇ ਕਬੀਰ ਜੀ ਗੱਲ ਕਹਿ ਰਹੇ ਹਨ ਕਿ ਮੈਂ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਦੋ ਤੁੰਬੇ ਲਗਾਏ, ਮਨ ਪਵਨ ਦੋਏ ਤੁੰਬਾ ਕਰੀ ਹੈ, ਕਿੱਥੇ ਲਗਾਏ ਹੋਏ ਹਨ? ਜਿਹੜੀ ਡੰਡੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਹੈ ਸਾਰਦ, ਜਿਹੜੀ ਦੋ ਤੁੰਬਿਆਂ ਨੂੰ ਜੋੜਦੀ ਹੈ ਵੀਣਾ ਦੇ ਵਿੱਚ ਵੀ, ਤੇ ਤੁੰਬੀ ਜਿਹੜਾ ਤੁੰਬਾ ਜੋਗੀਆਂ ਦਾ ਹੁੰਦਾ ਹੈ ਉਹਦੇ ਵਿੱਚ ਵੀ ਇੱਕੋ ਨਾਮ ਹੈ ਸਾਰਦ, ਜਿਹੜੀ ਵੀਣਾ ਦੀ ਡੰਡੀ ਹੁੰਦੀ ਹੈ। ਤੋ ਕਬੀਰ ਜੀ ਫਰਮਾ ਰਹੇ ਹਨ ਜੁਗ ਜੁਗ ਸਾਰਦ ਸਾਜੀ। ਹੁਣ ਮੇਰੇ ਮਨ ਤੇ ਪਵਨ ਦੋ ਤੁੰਬੇ ਹਨ, ਤੇ ਇਹਨਾਂ ਦੋਵਾਂ ਨੂੰ ਜੋੜ ਕੌਣ ਰਹੀ ਹੈ, ਕਿਹੜੀ ਡੰਡੀ ਹੈ? ਜੁਗ ਜੁਗ ਭਾਵ ਜੁਗਾਂ ਜੁਗਾਂ ਦੇ ਵਿੱਚ ਸਥਿਰ ਰਹਿਣ ਵਾਲਾ ਹਰੀ ਪ੍ਰਭੂ ਜੋ ਹੈ ਉਹ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦਾ ਹੈ। ਆਪਾਂ ਇਹਨੂੰ ਇਉਂ ਸਮਝ ਲਈਏ ਕਿ ਇਹਨਾਂ ਦੋਵਾਂ ਨੂੰ ਜੋੜਨ ਵਾਲੀ ਵਸਤੂ ਉਸ ਪ੍ਰਭੂ ਦੀ ਯਾਦ, ਉਸ ਪ੍ਰਭੂ ਦਾ ਪ੍ਰੇਮ, ਉਸ ਪ੍ਰਭੂ ਨਾਲ ਜੁੜਨ ਦਾ ਸਿਮਰਨ ਕਹਿ ਲਈਏ, ਉਹਦੀ ਯਾਦ ਕਹਿ ਲਈਏ, ਉਹ ਹੈ ਜੋ ਮੇਰੇ ਮਨ ਨੂੰ ਤੇ ਮੇਰੇ ਸਵਾਸ ਨੂੰ ਜੋੜ ਕੇ ਰੱਖਦੀ ਹੈ।
ਤੇ ਅੱਗੇ ਕਬੀਰ ਜੀ ਕਹਿੰਦੇ ਹਨ ਕਿ ਫਿਰ ਭਈ ਤੰਤੀ ਟੂਟਸ ਨਾਹੀਂ। ਤੰਤੀ ਕਿਹਾ ਜਾਂਦਾ ਹੈ ਤਾਰ, ਅਸੀਂ ਆਮ ਸ਼ਬਦ ਅੱਜ ਕੱਲ੍ਹ ਸੁਣਦੇ ਹਾਂ ਤੰਤੀ ਸਾਜ਼ ਭਾਵ ਤਾਰਾਂ ਵਾਲੇ ਸਾਜ਼। ਤੋ ਇਹਨਾਂ ਤੁੰਬਿਆਂ ਦੇ ਵਿਚਕਾਰ ਇੱਕ ਤਾਲ ਲੱਗੀ ਹੁੰਦੀ ਹੈ ਜਿਹਨੂੰ ਤੰਤੀ ਕਿਹਾ ਜਾਂਦਾ ਹੈ। ਤੇ ਕਬੀਰ ਜੀ ਕਹਿ ਰਹੇ ਹਨ ਕਿ ਜਦੋਂ ਦੋਨੋਂ ਤੁੰਬਿਆਂ ਦੇ ਵਿਚਕਾਰ ਉਸ ਹਰੀ ਦੀ ਓਟ, ਹਰੀ ਦਾ ਪ੍ਰੇਮ, ਹਰੀ ਦੀ ਯਾਦ ਇੱਕ ਇਹ ਡੰਡੀ ਬਣ ਕੇ ਇਹ ਜੋ ਸਾਰਦ ਲੱਗੀ ਹੋਈ ਹੈ ਉਹ ਲੱਗ ਕੇ ਜਦੋਂ ਅਸੀਂ ਹਰੀ ਦੀ ਓਟ ਲੈ ਕੇ ਉਹਦੇ ਸਹਾਰੇ ਦੇ ਉੱਤੇ ਮਨ ਨੂੰ ਤੇ ਪਵਨ ਨੂੰ ਚਲਾਉਂਦੇ ਹਾਂ ਤਾਂ ਫਿਰ ਹੁੰਦਾ ਕੀ ਹੈ? ਫਿਰ ਭਈ ਤੰਤੀ ਟੁੱਟਸ ਨਾ, ਫਿਰ ਉਹ ਤਾਰ ਜਿਹੜੀ ਹੈ ਜ਼ਿੰਦਗੀ ਦੀ, ਸੁਰਤ ਦੀ ਤਾਰ, ਜਿਵੇਂ ਅਸੀਂ ਕਹਿੰਦੇ ਹਾਂ ਕਿ ਸੁਰਤ ਜੁੜੀ ਹੋਵੇ ਤੇ ਇੱਕ ਤਾਰ, ਲਿਵ ਤਾਰ ਵੀ ਅਸੀਂ ਵਰਤ ਲੈਂਦੇ ਹਾਂ ਸ਼ਬਦ, ਇਹ ਜਿਹੜੀ ਸੁਰਤ ਦੀ ਤਾਰ ਹੈ ਜਿਹੜੀ ਉਸ ਟਿੰਗਰੀ ਨੂੰ ਭਾਵ ਸਾਡੇ ਜੀਵਨ ਨੂੰ ਵਜਾਉਣ ਵਾਲੀ ਤਾਰ ਹੈ, ਉਹ ਹੁਣ ਮਜ਼ਬੂਤ ਹੋ ਗਈ ਹੈ। ਟੁੱਟਸ ਨਾਹੀਂ, ਹੁਣ ਟੁੱਟਦੀ ਨਹੀਂ ਤੇ ਫਿਰ ਹੁੰਦਾ ਕੀ ਹੈ? ਅਨਹਦ ਕਿੰਗਰੀ ਬਾਜ, ਹੁਣ ਉਹ ਕਿੰਗਰੀ ਹੈ ਜਿਹਨੂੰ ਅਸੀਂ ਇੱਕ ਤਾਰ ਵਾਲੀ ਵੀਣਾ ਜਿਹੜੀ ਜੋਗੀਆਂ ਦੀ ਤੁੰਬੀ ਹੁੰਦੀ ਹੈ ਉਹਨੂੰ ਕਿੰਗਰੀ ਕਹਿੰਦੇ ਹਨ। ਤਾਂ ਫਿਰ ਉਹ ਵਜਣਾ ਸ਼ੁਰੂ ਹੋ ਜਾਂਦੀ ਹੈ ਤੇ ਵਜਣਾ ਕਿੱਦਾਂ ਸ਼ੁਰੂ ਹੁੰਦੀ ਹੈ? ਉਹ ਅਨਹਦ ਵਾਜੀ। ਹੁਣ ਅਨਹਦ ਦੇ ਸ਼ਬਦ ਦੇ ਅਸੀਂ ਅਰਥ ਕਰਦੇ ਹਾਂ ਕਿ ਜਿਹੜੇ ਬਿਨਾਂ ਚੋਟ ਦੇ ਪੈਦਾ ਹੋਈਆਂ ਆਵਾਜ਼ਾਂ, ਜੋਗੀ ਇਹਨਾਂ ਨੂੰ 10 ਆਵਾਜ਼ਾਂ ਦਾ ਸਮੂਹ ਬਣਦੇ ਨੇ। ਖੈਰ ਗੱਲ ਕੁਛ ਵੀ ਹੋਵੇ, ਇੱਥੇ ਕਬੀਰ ਜੀ ਜੋ ਇਸ਼ਾਰਾ ਕਰ ਰਹੇ ਹਨ ਕਿ ਉਹ ਅਨਹਦ ਬਿਨਾਂ ਹੱਦ ਲਗਾਤਾਰ ਬੇਇੱਕ ਰਸ ਵੱਜਣ ਵਾਲਾ ਉਹ ਆਨੰਦ ਜੋ ਮਨ ਦੇ ਅੰਦਰ ਪੈਦਾ ਹੁੰਦਾ ਹੈ, ਫਿਰ ਮੇਰੇ ਜੀਵਨ ਦੇ ਵਿੱਚ ਉਹ ਅਨਹਦ ਕਿੰਗਰੀ, ਫਿਰ ਉਹ ਵੀਣਾ ਵੱਜਦੀ ਹੈ, ਉਹ ਤੁੰਬੀ ਵੱਜਦੀ ਹੈ, ਉਹ ਕਿੰਗਰੀ ਵੱਜਦੀ ਹੈ ਜਿਹਦਾ ਆਨੰਦ ਦਾ ਕੋਈ ਹੱਦ ਪੱਟਾ ਨਹੀਂ। ਅਨਹਦ ਕਿੰਗਰੀ ਵੱਜ। ਤੋ ਇਹ ਕਬੀਰ ਜੀ ਕਹਿ ਰਹੇ ਹਨ ਕਿ ਮੈਂ ਮਨ ਨੂੰ ਤੇ ਭਾਵ ਆਪਣੀ ਮੈਂਟਲ ਸਾਈਕੋਲੋਜੀਕਲ ਐਨਰਜੀ, ਫਿਜ਼ੀਕਲ ਐਨਰਜੀ ਇਹਨਾਂ ਦੋਵਾਂ ਨੂੰ ਹਰੀ ਦੀ ਓਟ ਦੇ ਨਾਲ ਜਦੋਂ ਮੈਂ ਟਿਕਾ ਲੈਂਦਾ ਹਾਂ ਤਾਂ ਹਰੀ ਦੀ ਓਟ, ਹਰੀ ਦੇ ਪ੍ਰੇਮ, ਹਰੀ ਦੇ ਸਿਮਰਨ ਦੇ ਨਾਲ ਟਿਕਾ ਲੈਂਦਾ ਹਾਂ ਤਾਂ ਫਿਰ ਮੇਰੇ ਜੀਵਨ ਦੀ ਤਾਰ ਕਦੇ ਟੁੱਟਦੀ ਨਹੀਂ, ਲਗਾਤਾਰ ਵੱਜਦੀ ਰਹਿੰਦੀ ਹੈ। ਤੇ ਕੀ ਪ੍ਰੋਡਿਊਸ ਕਿਹੜਾ ਮਿਊਜ਼ਿਕ ਕਰਦੀ ਹੈ? ਅਨਹਦ, ਆਨੰਦ ਦਾ ਸੰਗੀਤ ਜਿਹੜਾ ਹੈ ਮੇਰੇ ਅੰਦਰ ਵੱਜਦਾ ਹੈ। ਮੈਂ ਆਨੰਦ ਦੀ ਅਵਸਥਾ ਦੇ ਵਿੱਚ, ਉਸ ਦੇ ਪ੍ਰਭੂ ਦੇ ਮਿਲਾਪ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹਾਂ, ਸਹਿਜ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹਾਂ। ਅਨਹਦ ਕਿੰਗਰੀ ਬਾਜ। ਅੰਤ ਵਿੱਚ ਕਬੀਰ ਜੀ ਕਹਿ ਰਹੇ ਹਨ, ਸੁਨ ਮਨ ਮਗਨ ਭਏ ਹੈ ਪੂਰੇ। ਸੁਨ ਦਾ ਅਰਥ ਹੈ ਸੁਣ ਕੇ, ਤੇ ਮਗਨ ਦਾ ਅਰਥ ਹੁੰਦਾ ਹੈ ਜਿਹੜਾ ਅਸੀਂ ਕਹਿੰਦੇ ਹਾਂ ਕਿ ਕਿਸੇ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਮਗਨ ਹੈ, ਭਾਵ ਉਹ ਪੂਰੀ ਤਰ੍ਹਾਂ ਉਹਦੇ ਵਿੱਚ ਖੁਸ਼ ਹੈ, ਪੂਰੀ ਤਰ੍ਹਾਂ ਉਹਦੇ ਵਿੱਚ ਡੁੱਬਿਆ ਹੋਇਆ ਹੈ, ਹੋਰ ਕਿਸੇ ਪਾਸੇ ਧਿਆਨ ਨਹੀਂ ਜਾ ਰਿਹਾ, ਭਏ ਹੈ ਪੂਰੇ, ਮੈਂ ਪੂਰੀ ਤਰ੍ਹਾਂ ਮਗਨ ਹੋ ਗਿਆ ਹਾਂ। ਇਹ ਜਿਹੜੀ ਮੇਰੇ ਅੰਦਰ ਉਹ ਕਿੰਗਰੀ ਉਸ ਪ੍ਰਭੂ ਦੇ ਪ੍ਰੇਮ ਦੀ ਵੱਜ ਰਹੀ ਹੈ, ਜਿਹੜੀ ਅਨਹਦ ਕਿੰਗਰੀ ਵੱਜ ਰਹੀ ਹੈ, ਮੈਂ ਤਾਂ ਉਹਦੇ ਵਿੱਚ ਸੁਣ ਮਨ, ਉਹਨੂੰ ਸੁਣ ਸੁਣ ਕੇ ਮੇਰਾ ਮਨ ਜਿਹੜਾ ਹੈ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਮਗਨ ਹੋ ਗਿਆ ਹੈ, ਮਸਤ ਹੋ ਗਿਆ ਹੈ, ਪ੍ਰਸੰਨ ਹੋ ਗਿਆ ਹੈ, ਆਨੰਦਿਤ ਹੋ ਗਿਆ ਹੈ, ਮਾਇਆ ਡੋਲ ਨਾ ਲੱਗ। ਡੋਲ ਦਾ ਅਰਥ ਹੁੰਦਾ ਹੈ ਜਿਹੜੀ ਝੋਲ ਲੱਗੇ, ਧੱਕਾ ਲੱਗੇ, ਅਸੀਂ ਡੋਲਦੇ ਹਾਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਜਿਵੇਂ ਪੈਂਡੂਲਮ। ਇਹ ਸ਼ਬਦ ਅਸੀਂ ਆਮ ਸੁਣਿਆ ਹੈ ਘਰਾਂ ਦੇ ਵਿੱਚ। ਡੋਲ ਇੱਕ ਵੱਡੇ ਭਾਂਡੇ ਨੂੰ ਕਿਹਾ ਜਾਂਦਾ ਜਿਹਦੇ ਉੱਤੇ ਇੱਕ ਹੈਂਡਲ ਹੁੰਦਾ ਹੈ, ਜਿਵੇਂ ਆਮ ਤੌਰ ਤੇ ਅਸੀਂ ਦੁੱਧ ਵਾਲਾ ਜਿਹੜਾ ਬਰਤਨ ਹੁੰਦਾ ਹੈ ਛੋਟਾ ਜਿਹਦੇ ਉੱਤੇ ਹੈਂਡਲ ਲੱਗਾ ਹੁੰਦਾ ਉਹਨੂੰ ਡੋਲੂ ਕਹਿ ਦਿੰਦੇ, ਪਰ ਇਹ ਸ਼ਬਦ ਆਇਆ ਕਿੱਥੋਂ ਹੈ? ਇਸ ਤਰ੍ਹਾਂ ਦੇ ਇਸ ਸ਼ਕਲ ਦੇ ਜਿਹੜੇ ਬਰਤਨ ਹਨ ਉਹ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਵਰਤੇ ਜਾਂਦੇ ਹਨ ਤੇ ਉਹਨਾਂ ਨੂੰ ਡੋਲ ਕਿਹਾ ਜਾਂਦਾ। ਡੋਲ ਕਿਉਂ ਕਹਿੰਦੇ ਹਨ? ਕਿਉਂਕਿ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ, ਇੱਕ ਝਟਕੇ ਨਾਲ ਉਹ ਬਾਲਟੀ ਬਰਤਨ ਉੱਪਰ ਖਿੱਚਿਆ ਜਾਂਦਾ ਹੈ ਤਾਂ ਉਹ ਸਿੱਧੀ ਲਾਈਨ ਦੇ ਵਿੱਚ ਉੱਪਰ ਨਹੀਂ ਆਉਂਦਾ, ਉਹ ਡੋਲਦਾ ਆਉਂਦਾ ਹੈ ਤੇ ਉਹਦਾ ਨਾਂ ਹੈ ਡੋਲ ਪੈ। ਭਾਵ ਮਾਇਆ ਡੋਲ, ਜਿਵੇਂ ਉਸ ਖੂਹ ਦੇ ਬਰਤਨ ਨੂੰ ਡੋਲ ਹੁੰਦੀ ਹੈ, ਝੋਲ ਪੈਂਦੀ ਹੈ, ਧੱਕੇ ਲੱਗਦੇ ਹਨ, ਫਿਰ ਮਾਇਆ ਦੇ ਧੱਕੇ, ਮਾਇਆ ਵੱਲੋਂ ਡੁਲਾਇਆ ਨਹੀਂ ਜਾਂਦਾ, ਪੈਂਡੂਲਮ ਵਾਂਗ ਕਦੀ ਮਨ ਉੱਪਰ ਉੱਪਰ ਦੀ
ਦੀ ਅਵਸਥਾ ਵਿੱਚ, ਕਦੀ ਨੀਵੀਂ ਦੀ ਅਵਸਥਾ ਵਿੱਚ, ਕਦੀ ਸੋਗ ਵਿੱਚ, ਕਦੀ ਖੁਸ਼ੀ ਵਿੱਚ, ਨਾ ਕਦੀ ਪ੍ਰਸੰਨਤਾ ਦੇ ਵਿੱਚ ਭੰਗੜੇ ਪਾਉਂਦਾ ਹੈ ਤੇ ਨਾ ਕਦੀ ਸੋਗ ਦੇ ਵਿੱਚ ਆ ਕੇ ਆਪਣਾ ਹਾਲ ਮਾੜਾ ਕਰ ਲੈਂਦਾ ਹੈ ਜਿਵੇਂ ਆਮ ਦੁਨਿਆਵੀ ਲੋਕ ਕਰਦੇ ਹਨ। ਕਬੀਰ ਜੀ ਕਹਿੰਦੇ ਹਨ ਮਾਇਆ ਡੋਲ, ਵੀ ਮੈਨੂੰ ਮਾਇਆ ਦਾ ਧੱਕਾ ਹੁਣ ਵੱਜ ਨਹੀਂ ਸਕਦਾ। ਕਿਉਂ? ਕਿਉਂਕਿ ਮੇਰਾ ਮਨ ਤੇ ਉਸ ਪ੍ਰਭੂ ਦੇ ਪ੍ਰੇਮ ਦੀ ਕਿੰਗਰੀ ਦੇ ਵਿੱਚ ਪੂਰੀ ਤਰ੍ਹਾਂ ਮਗਨ ਹੋਇਆ ਹੋਇਆ ਹੈ, ਮਸਤ ਹੋਇਆ ਹੋਇਆ ਹੈ। ਮੈਨੂੰ ਤਾਂ ਦੁਨੀਆਂ ਦੇ ਖੁਸ਼ੀਆਂ, ਗਮ, ਅਮੀਰੀ, ਗਰੀਬੀ, ਮੈਨੂੰ ਕੁਛ ਨਹੀਂ ਪੋ ਸਕਦਾ, ਮੈਨੂੰ ਡੋਲ ਨਹੀਂ ਲੱਗ ਸਕਦੀ, ਇਹ ਸਾਰੇ ਮਾਇਆ ਦੇ ਧੱਕੇ। ਉਹ ਕਬੀਰ ਜੀ ਕਹਿੰਦੇ ਹਨ ਜਦੋਂ ਮੇਰਾ ਮਨ, ਮੈਨੂੰ ਤਾਂ ਉਹ ਕਿੰਗਰੀ ਚਾਹੀਦੀ ਹੈ, ਮੈਨੂੰ ਤਾਂ ਉਹ ਕਿੰਗਰੀ ਮੇਰੇ ਪਾਸ ਹੈ ਜਿਹਦੇ ਨਾਲ ਮੈਂ ਪ੍ਰਭੂ ਦੇ ਪ੍ਰੇਮ ਦੇ ਵਿੱਚ ਮਗਨ ਹੋ ਸਕਾਂ, ਤੇ ਫਿਰ ਮੈਂ ਪ੍ਰਸੰਨ ਰਹਿੰਦਾ ਹਾਂ, ਆਨੰਦਿਤ ਰਹਿੰਦਾ ਹਾਂ। ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਂ ਕਹੋ ਪੁਨਰਪ ਜਨਮ ਨਹੀਂ, ਖੇਲ ਗਏ ਉਹ ਬੈਰਾ। ਪੁਨਰਪ ਦਾ ਮਤਲਬ ਹੈ ਬਾਰ ਬਾਰ, ਦੁਬਾਰਾ ਜਾਂ ਫਿਰ ਦੁਬਾਰਾ। ਹੁਣ ਕਬੀਰ ਜੀ ਕਹਿੰਦੇ ਹਨ ਕਹੋ ਕਬੀਰ, ਹੇ ਕਬੀਰ ਤੂੰ ਸਾਰਿਆਂ ਨੂੰ ਦੱਸ, ਆਖ, ਇਹ ਸਾਰਿਆਂ ਨੂੰ ਉਪਦੇਸ਼ ਦੇ, ਸੁਣਾ ਸਾਰਿਆਂ ਨੂੰ, ਤਾਂ ਕਹੋ ਪੁਨਰਪ ਜਨਮ ਨਹੀਂ। ਉਹਨਾਂ ਨੂੰ, ਉਹਨਾਂ ਪ੍ਰੇਮ ਸੁਭਾਗੀ ਜੀਵੜਿਆਂ ਨੂੰ ਪੁਨਰਪ ਜਨਮ ਨਹੀਂ, ਉਹ ਫਿਰ ਜਨਮ ਨਹੀਂ ਲੈਂਦੇ, ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ। ਕੌਣ? ਖੇਲ ਗਏ ਉਹ ਬੈਰਾਗ, ਜਿਨ੍ਹਾਂ ਨੇ ਐਸੀ ਖੇਡ ਖੇਡ ਦਿੱਤੀ ਬੈਰਾਗ ਦੀ ਤੇ ਪ੍ਰੇਮ ਦੀ। ਭਾਵ ਇਸ ਦੁਨੀਆਂ ਦੇ ਵੱਲੋਂ, ਮਾਇਆ ਦੇ ਵੱਲੋਂ, ਮਾਇਆ ਦੀਆਂ ਜੋ ਅਟਰੈਕਸ਼ਨ ਹਨ ਉਧਰੋਂ ਬੈਰਾਗੀ ਹੋ ਗਏ ਤੇ ਉਸ ਪ੍ਰਭੂ ਦੇ ਪ੍ਰੇਮ ਦੇ ਵਿੱਚ ਡੁੱਬ ਗਏ, ਜਿਵੇਂ ਕਿ ਰਾਹ ਦੀ ਪੰਕਤੀ ਨਾਲ ਅਸੀਂ ਮਿਲਾ ਕੇ ਇਹਦੇ ਅਰਥ ਕਰੀਏ। ਉਹ ਬੈਰਾਗੀ ਵੀ ਹਨ ਤੇ ਜੋਗੀ ਵੀ ਹਨ, ਦੁਨੀਆਂ ਵੱਲੋਂ ਬੈਰਾਗੀ ਹਨ। ਭਾਵ ਦੁਨੀਆਂ ਦੀਆਂ ਜੋ ਅਟਰੈਕਸ਼ਨ ਹਨ, ਸਾਨੂੰ ਬੇਚੈਨ ਕਰਨ ਵਾਲੀਆਂ, ਭੱਜ ਦੌੜ ਕਲਪਨਾ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ, ਉਹਨਾਂ ਵੱਲੋਂ ਤਾਂ ਉਹਨਾਂ ਨੇ ਬੈਰਾਗ ਲੈ ਲਿਆ ਹੈ ਤੇ ਜੁੜੇ ਹੋਏ ਹਨ ਉਸ ਪ੍ਰਭੂ ਦੇ ਨਾਲ। ਇਸ ਜਗਤ ਦੇ ਵਿੱਚ ਰਹਿੰਦੇ ਹੋਏ ਆ, ਜਿਵੇਂ ਕਬੀਰ ਜੀ ਆਪ ਸ੍ਰਿਸ਼ਟੀ ਦਾ ਜੀਵਨ ਬਤੀਤ ਕਰਦੇ ਸਨ, ਤੇ ਉਹ ਕਹਿੰਦੇ ਹਨ ਕਿ ਫਿਰ ਇਹੋ ਜਿਹੜੇ ਖਿਡਾਰੀ ਹਨ, ਬੈਰਾਗੀ ਹਨ, ਜਿਹਨਾਂ ਨੇ ਖੇਡ ਖੇਡ ਲਈ, ਇਹ ਸੋਹਣੀ ਸੁੰਦਰ ਪ੍ਰੇਮ ਦੀ ਖੇਡ ਜਿਹਨਾਂ ਨੇ ਖੇਡ ਲਈ, ਤਾਂ ਕਹੋ ਪੁਨਰਪ ਜਨਮ ਨਹੀਂ। ਉਹ ਫਿਰ ਜਨਮ ਮਰਨ ਦੇ ਖੇਡ ਤੋਂ, ਜਨਮ ਮਰਨ ਦੇ ਗੇੜ ਤੋਂ ਉਹ ਮੁਕਤ ਹੋ ਜਾਂਦੇ ਹਨ, ਉਹਨਾਂ ਨੂੰ ਫਿਰ ਇਹ ਇਹ ਗੇੜ ਦੁਬਾਰਾ ਦੁਬਾਰਾ ਨਹੀਂ ਪੈਂਦਾ। ਤੋ ਇਹ ਕਬੀਰ ਜੀ ਨੇ ਜੋ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਇਹ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤਾ ਹੈ। ਇਹ ਉਪਦੇਸ਼ ਸਾਡੇ ਲਈ ਹੈ, ਸਾਰਿਆਂ ਲਈ ਹੈ। ਇਹ ਕਿਸੇ ਖਾਸ ਫਿਰਕੇ ਜਾਂ ਕਿਸੇ ਖਾਸ ਵਿਅਕਤੀ ਲਈ ਨਹੀਂ ਹੈ, ਜਿਵੇਂ ਕਿ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਮਹਾਂਪੁਰਖ ਪਰਥਾਏ ਸਾਖੀ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਸਾਡੇ ਲਈ ਉਪਦੇਸ਼ ਹੈ। ਉਹ ਸਾਨੂੰ ਇਹਦੇ ਚ ਕਬੀਰ ਜੀ ਨੇ ਇੱਕ ਜੀਵਨ ਜਾਂਚ ਦੱਸੀ ਹੈ। ਭਾਵੇਂ ਸਿੰਬਲ ਸਾਰੇ ਭਾਸ਼ਾ ਉਹਨਾਂ ਨੇ ਯੋਗੀਆਂ ਦੀ ਵਰਤੀ ਹੈ, ਕਿਉਂਕਿ ਉਹ ਗੱਲ ਯੋਗੀ ਦੇ ਨਾਲ ਕਰ ਰਹੇ, ਪਰ ਇਹ ਉਪਦੇਸ਼ ਸਾਡੇ ਵਾਸਤੇ ਹੈ ਕਿ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਕਿਵੇਂ ਬਣਾਉਣਾ ਹੈ। ਹੁਣ ਕਬੀਰ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਇਸ ਸ਼ਬਦ ਦੇ ਵਿੱਚ ਕਿ ਅਸੀਂ ਇਸ ਜੀਵਨ ਦੇ ਵਿੱਚ ਕੀ ਖੇਡ ਖੇਡਣੀ ਹੈ, ਕਿਸ ਤਰੀਕੇ ਦੇ ਨਾਲ ਜੀਵਨ ਜੀਣਾ ਹੈ, ਉਹ ਸਾਨੂੰ ਸਮਝਾਇਆ ਹੈ ਕਬੀਰ ਜੀ ਨੇ ਕਿ ਬਈ ਜਦੋਂ ਤੱਕ ਅਸੀਂ ਆਪਣੀ ਸੁਰਤ ਤੇ ਸਿਮਰਤ ਨੂੰ ਆਪਣੇ ਜੀਵਨ ਦਾ ਗਹਿਣਾ ਨਹੀਂ ਬਣਾ ਲੈਂਦੇ, ਭਾਵ ਉਸ ਪ੍ਰਭੂ ਨੂੰ ਜਿਹੜਾ ਸੁਣਨ ਤੇ ਚੇਤੇ ਕਰਨ ਦੀ ਗੱਲ ਹੈ, ਭਾਵ ਮੈਂ ਉਹਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਸੁਰਤ ਜੋੜਦਾ ਹਾਂ ਤੇ ਉਹਨੂੰ ਯਾਦ ਕਰਦਾ ਹਾਂ, ਤੇ ਇਹ ਮੇਰੇ ਜੀਵਨ ਦੇ ਉਹ ਗਹਿਣੇ ਨਹੀਂ ਬਣ ਜਾਂਦੇ, ਉਦੋਂ ਤੱਕ ਮੈਂ ਇਸ ਜਗਤ ਦੀ ਖੇਡ ਨੂੰ ਜਿੱਤ ਨਹੀਂ ਸਕਦਾ। ਹੁਣ ਇੱਥੇ ਕਬੀਰ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਜੋ ਖਾਸ ਸਾਡੇ ਨਜ਼ਰ ਆਉਣ ਵਾਲੀ ਗੱਲ ਹੈ ਉਹ ਇਹ ਹੈ ਕਿ ਗੁਰੂ ਜੀ ਨੇ ਕਬੀਰ ਜੀ ਨੇ ਇੱਕ ਪਾਸੇ ਜੋ ਫਿਜ਼ੀਕਲ ਸਿੰਬਲਸ ਹਨ ਯੋਗ ਮਤ ਦੇ ਉਹ ਰੱਖੇ ਹਨ, ਕਿਉਂਕਿ ਉਹ ਬਾਹਰੀ ਹਨ, ਜਿਵੇਂ ਇੱਥੇ ਸ਼ਬਦ ਵੀ ਵਰਤਿਆ ਹੈ ਬਾਹਰ ਖਿੰਦਾ। ਇਸੇ ਤਰ੍ਹਾਂ ਹੀ ਮੁੰਦਰਾਂ ਵੀ ਜਿਹੜੀਆਂ ਹਨ ਸਰੀਰ ਦੇ ਬਾਹਰੀ ਚਿੰਨ੍ਹ। ਹੁਣ ਕਬੀਰ ਜੀ ਨੇ ਬਾਹਰੀ ਚਿੰਨ੍ਹਾਂ ਦਾ ਮੁਕਾਬਲਾ ਕੀਤਾ ਹੈ
अंदरूनी गुणा दे नाल सुरत ते सिमरत दे नाल दा भी मुकाबला उन्होंने किया है। परमित भाव प्रभु का यथार्थ ज्ञान ये साढ़े अंदर दी अवस्था। इसे तरह ही सुन गुफा मैं आसन बैसन, हुण इत्थे गुफावां दे विच बैठ के ते खास फिजिकल जुगत दे नाल आसन लगा के बैठन की गल नूं छड्ड के उन्होंने इको ही आसन सानूं दस्सिया है कि इस मन नूं जगत दे फुरनिया तो अफुर करना। इस आसन दे उत्ते असीं विशेष जुगत दे इस तरह का चौंकड़ा मारना है, इस तरह दीआं रखनियां हन, इत्थे ताड़ी लाउणी है, इत्थे ध्यान केंद्रित करना है। इन्हां चीज़ां तो सानू कबीर जी ने सेध दित्ती है कि आसन की लाउणा है कि जगत दे फुरनिया तो अफुर होके उस प्रभु की याद दे विच डुबना है, जगत दे विच रहिंदिआं होइआं। इह साडा आसन है गुरमत। हुण गुरमत दृढ़ करा रहे हन सानू, जो कबीर जी सानू उपदेश दे रहे हन कि बाहरले सिंबल्स धर्म की निशानी नहीं है, मुंदरा धर्म की निशानी नहीं है, सुरत सिमरत एक धर्मी जीवन की निशानी, खिंथा जिहड़ी है इह धर्म की निशानी नहीं है, एक प्रफुल्लत जीवन की निशानी नहीं है, उस प्रभु नाल जुड़े हुए की निशानी खिंथा नहीं है, उस प्रभु का यथार्थ ज्ञान है। इसे तरह ही किसी खास गुफा दे विच खास जुगत नाल कीता होया आसन बैसन जिहड़ा करना है, जिहड़े योगी करदे हन, उह नहीं है धर्म। धर्म की है? सुन गुफा, यही गुफा है। ਇਹ ਜਿਹੜੀ ਅਸੀਂ ਆਪਣੇ ਸਰੀਰ ਦੇ ਅੰਦਰ ਬੈਠ ਕੇ ਹੀ ਕਿੱਥੇ ਹੀ ਘਰ ਦੇ ਅੰਦਰ ਬੈਠ ਕੇ ਜਗਤ ਦੇ ਵਿੱਚ ਬੈਠ ਕੇ ਜਿਹੜੀ ਅਸੀਂ ਇਹ ਆਸਣ ਲਾਉਣੇ ਹਨ ਉਹ ਧਰਮ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੀ ਅੱਗੇ ਜਾ ਕੇ ਹਰ ਥਾਂ ਤੇ ਉਹਨਾਂ ਨੇ ਇਹ ਅਹਿਸਾਸ ਦੀ ਗੱਲ ਕੀਤੀ, ਇੰਟਰਨਲਾਈਜ਼ ਕੀਤਾ ਹੈ ਕਿ ਜਿਵੇਂ ਸਿੰਘੀ ਦੀ ਗੱਲ ਹੈ, ਇਹ ਇੱਕ ਫਿਜ਼ੀਕਲ ਉਹਨਾਂ ਦੇ ਇੱਕ ਨਿਸ਼ਾਨੀ ਹੈ ਜੋਗੀ ਦੀ, ਕਿਉਂਕਿ ਜਿੱਥੇ ਜਾਂਦੇ ਹਨ ਉਹ ਸੀਟੀਆਂ ਮਾਰਦੇ ਹਨ, ਸਿੰਘੀ ਵਜਾਉਂਦੇ ਹਨ। ਉਹ ਕਹਿੰਦੇ ਹਨ ਕਿ ਮੈਂ ਤਾਂ ਕੋਈ ਜਿਹੜੀ ਗੱਲ ਹੈ ਇਸ ਚੀਜ਼ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ, ਖੰਡ ਬ੍ਰਹਿਮੰਡ ਮੈਂ, ਉਹ ਇਹ ਸੰਪੂਰਨ ਜਗਤ ਦੇ ਵਿੱਚ ਹਰ ਜਗ੍ਹਾ ਸਰਵ ਵਿਆਪਕ ਹੈ, ਉਹ ਪ੍ਰਭੂ, ਬਸ ਮੈਂ ਇਹਦਾ ਹੋਕਾ ਦੇਣਾ ਹੈ, ਮੈਂ ਇਸ ਜੋ ਆਨੰਦ ਨੂੰ ਪ੍ਰਾਪਤ ਕੀਤਾ ਹੈ ਇਹ ਮੈਂ ਵੰਡਣਾ ਹੈ ਜਗਤ ਦੇ ਵਿੱਚ, ਸਾਰਿਆਂ ਨੂੰ ਦੱਸਣਾ ਹੈ, ਇਹਦਾ ਸੁਨੇਹਾ ਦੇਣਾ ਹੈ, ਸਾਰਿਆਂ ਦੇ ਵਿੱਚ ਇਹ ਵੰਡਣਾ ਹੈ। ਇਹ ਇੱਕ ਨਿਸ਼ਾਨੀ ਹੈ ਧਰਮੀ ਜੀਵਨ। ਸੀਟੀਆਂ ਮਾਰਨਾ ਜਾਂ ਸਿੰਘੀਆਂ ਵਜਾਉਣਾ ਇਹ ਧਰਮੀ ਜੀਵਨ ਦੀ ਨਿਸ਼ਾਨੀ ਨਹੀਂ ਹੈ। ਉਸ ਪ੍ਰਭੂ ਨਾਲ ਜੁੜੇ ਹੋਣਾ, ਉਹਦੇ ਪ੍ਰਤੀ ਸੁਚੇਤ ਹੋਣਾ, ਉਹਨੂੰ ਮਹਿਸੂਸ ਕਰਨਾ ਜਿਹੜਾ ਸਰਵ ਵਿਆਪਕ ਹੈ, ਇਹ ਹੈ ਅਸਲੀ ਨਿਸ਼ਾਨੀ ਧਰਮੀ ਜੀਵਨ ਦੀ। ਇਸੇ ਤਰ੍ਹਾਂ ਹੀ ਮੇਰਾ ਬਟੂਆ ਸਭ ਜਗ ਭਸਮਾ ਧਾਤੀ, ਮੇਰੇ ਜਦੋਂ ਅੰਦਰ ਇਹ ਅਹਿਸਾਸ ਪੈਦਾ ਹੋ ਜਾਏਗਾ ਕਿ ਮੈਂ ਵੀ ਇਸ ਜਗਤ ਦੇ ਵਿੱਚ ਥੋੜ੍ਹੀ ਦੇਰ ਲਈ ਆਇਆ ਹਾਂ, ਇਹ ਜਗਤ ਵੀ ਥੋੜ੍ਹੀ ਦੇਰ ਲਈ ਆਇਆ ਹੈ, ਤਾਂ ਫਿਰ ਮੈਂ ਆਪਣੇ ਆਪ ਲਈ ਕੀ ਇਕੱਠਾ ਕਰਾਂ? ਕੁਛ ਵੀ ਨਹੀਂ। ਮੈਨੂੰ ਪਤਾ ਹੈ ਚਾਰ ਦਿਨ ਨੂੰ ਮੈਂ ਇੱਥੋਂ ਤੁਰ ਜਾਣਾ ਹੈ, ਤੇ ਜਿਹੜਾ ਮੇਰੇ ਵਰਗਾ ਹੀ ਹੈ ਮੈਂ ਉਹਦੇ ਤੋਂ ਕੀ ਆਸ ਰੱਖਾਂ? ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਸਭ ਜਿਹੜੇ ਮਨੁੱਖ ਹਨ ਉਹ ਮੇਰੇ ਵਰਗੇ ਹੀ ਹਨ, ਔਰ ਉਹ ਇਸੇ ਤਰ੍ਹਾਂ ਦਾ ਹੀ ਜੀਵਨ ਜੀ ਰਹੇ ਹਨ। ਇਸੇ ਤਰ੍ਹਾਂ ਹੀ ਉਹ ਕਹਿੰਦੇ ਹਨ, ਸਮਾਧੀ ਅਗਰ ਲਗਾਣੀ ਹੈ ਤਾੜੀ ਲਾਗੀ ਤ੍ਰਿਪਲ ਪਲਟੀਆ, ਜਦੋਂ ਮਾਇਆ ਦੇ ਪ੍ਰਭਾਵਾਂ ਨੂੰ ਅਸੀਂ ਉਲਟਾ ਦਿੱਤਾ, ਪਿੱਛੇ ਧੱਕ ਦਿੱਤਾ, ਇਸ ਤੋਂ ਵੱਡੀ ਹੋਰ ਕੀ ਸਮਾਧੀ ਲੱਗੇਗੀ? ਛੂਟੇ ਹੋਏ ਪਸਾਰੀ ਗ੍ਰਿਸਤੀ ਹੁੰਦੇ ਹੋਏ ਵੀ ਫਿਰ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਜਾਵਾਂਗੇ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ। ਇਸੇ ਤਰ੍ਹਾਂ ਹੀ ਅੱਗੇ ਜਾ ਕੇ ਫਿਰ ਤੁੰਬੇ ਉਹ ਚੁੱਕ ਕੇ ਕਿੰਗਰੀ ਚੁੱਕ ਕੇ ਵੱਜਦੇ ਤੁਰਦੇ ਫਿਰਦੇ ਹਨ, ਵਜਾਉਂਦੇ ਫਿਰਦੇ ਹਨ ਉਹਨੂੰ, ਤੇ ਉਹ ਕਹਿ ਰਹੇ ਹਨ ਮਨ ਤੇ ਪਵਨ ਦੇ ਤੁੰਬੇ ਕਰਕੇ, ਔਰ ਉਸ ਪ੍ਰਭੂ ਅਕਾਲ ਪੁਰਖ ਜੋ ਜੁਗ ਜੁਗ ਲਈ ਫਿਰ ਹੈ ਉਹਦੇ ਵਾਸ ਉਹਦੇ ਨਾਲ ਜੁੜਨਾ, ਇਹੀ ਫਿਜ਼ੀਕਲ ਸਿੰਬਲ ਜਿਹੜੇ ਹਨ ਧਰਮੀ ਜੀਵਨ ਦੇ ਹਨ। ਇਹ ਬਾਹਰ ਦੇ ਸਿੰਬਲ ਧਰਮੀ ਜੀਵਨ ਨੂੰ ਪ੍ਰਗਟ ਨਹੀਂ ਕਰਦੇ। ਫਿਰ ਭਈ ਤੰਤੀ ਟੁੱਟੇ ਨਾਹੀਂ, ਜਿਹੜੀ ਇਹ ਤਾਰ ਹੈ ਇਹ ਫਿਰ ਜੀਵਨ ਦੀ ਤਾਰ ਹੈ, ਇਹ ਇੱਕਦਮ ਸਥਿਰ ਹੋ ਜਾਂਦੀ ਹੈ, ਇਹ ਫਿਰ ਵੱਜਦੀ ਹੈ ਤਾਂ ਫਿਰ ਆਨੰਦ ਪੈਦਾ ਕਰਦੀ ਹੈ, ਉਹ ਉਸ ਆਨੰਦ ਨੂੰ ਪੈਦਾ ਕਰਦੀ ਹੈ ਜਿਹੜੀ ਕਿ ਸਰੀਰ ਦੇ ਅੰਦਰ ਵਸਦੀ ਹੋਈ ਆਤਮਾ ਨੂੰ ਉਹ ਆਨੰਦ ਦੇ ਵਿੱਚ ਡੁਬੋ ਦਿੰਦੀ ਹੈ, ਔਰ ਇਹੀ ਜਿਹੜੀ ਹੈ ਅਣਹਦ ਦੀ ਆਵਾਜ਼ ਹੈ, ਇਹੀ ਉਸ ਆਨੰਦ ਦੀ
अनहद आवाज है जिदे विच असी मगन होना है। ते अंत विच कबीर जी ने सानू समझाया है कि भाई जदों इस अनहद धुनी दे विच प्रभु दे नाल प्रेम और आनंद की धुनी दे विच उहदे सिमरन की धुनी विच असी मगन हो जाते हाँ तो फिर माया सानू डुला ही नहीं सकती, वो साढ़े अधीन हो जाती है, फिर वो सानू कुछ नहीं विगाड़ सकता। कहो कबीर हुण इह जो कबीर जी ने इहदे विच सानू समझाउण दा ढंग वरत्या है ये गुरबाणी दे विच अनेक थावां दे उत्ते वरत्या गया है। आपां रोज पाठ करते हाँ जपजी साहिब का, उहदे विच भी एक जोगियां दे सिंबल्स तों लैके एक पौड़ी उतारी गई है उचारी गई है मुंदा संतोख शर्म पत चोली ध्यान की करै मेहू। तो उहदे विच की है कि गुरु नानक साहब भी सानू इसे ही टेक्नीक नूं यूज करके उत्थे भी कुदरती जोगियां दे सिंबल्स नूं ही उन्होंने यूज किया है, इस करके असीं उहदी विचार करनी एक बारी इत्थे रिलेट करना चाहुंदे हाँ कि उत्थे भी गुरु नानक साहब ने बिल्कुल यही टेक्नीक वरती है जिथे एक पासे मुंदरां दे नाल उत्थे उन्होंने एक इंटरनल क्वालिटी जिहड़ी साडी है संतोख नूं उन्होंने प्राप्त किया कि बाहर दे चिन्हां नाल गल नहीं बननी जदों तक साडे दे विच अंदरूनी गुण नहीं पैदा। इसे तरह ही विभूत की गल उन्होंने की है जिहड़ी उह शरीर दे उत्ते भस्म मिलदे हन तां ध्यान उत्थे ध्यान की गल की है ये फिर एक्सटर्नल वर्सस इंटरनल गल हो रही है क्योंकि धर्म जो है अपने अंदरले नूं सोधन की गल है अंदरले नूं चचपन की गल है। इसे तरह ही अगलियां पंक्तियां दे विच भी असीं देखते हाँ किंथा काल कुआरी काया जुगत डंडा प्रतीत किंथा दे अगे उन्होंने काल की गल की है ते जिहड़ी जुगत जिहड़ा जोगियां दी सब तो वड्डा सेलिंग पॉइंट है कि उन्हां कोल जुगती है उहदे वास्ते उन्होंने कुआरी काया भाव असीं इन्हां विकारां तों निर्लेप रह के जीवन जिहड़ा जीना है उहदी गल की है ते डंडे दे अगे उन्होंने प्रतीत भाव मन दे विच साडे प्रभु वास्ते प्रतीत है उहनूं उन्होंने वर्सस करके सामने रख्या है। तो इत्थे भी उस तरह ही कबीर जी ने भी इस शब्द दे विच भी सानू यही उपदेश दिता है कि जो धर्म है ये जिहड़े दैवी गुण हैं उन्हां नूं धारण करना है प्रभु दे नाल प्यार करना है अपने जीवन नूं उस प्रभु दी प्रीत दे विच जिहड़ी किंगरी साडे जीवन दे विच वरते वजे ਉਹੀ ਸਾਡੇ ਜੀਵਨ ਦੀ ਧੁਨ ਹੋਵੇ ਉਹੀ ਅਨਹਦ ਧੁਨ ਹੋਵੇ ਤਾਂ ਫਿਰ ਕਹੋ ਕਬੀਰ ਤਾਂ ਕਹੋ ਪੁਨਰਪ ਜਨਮ ਫਿਰ ਉਹ ਅਵਸਥਾ ਆ ਜਾਂਦੀ ਹੈ ਕਿ ਬੰਦਾ ਇਸ ਸੰਸਾਰ ਦੀ ਜੀਵਨ ਦੀ ਜਿਹੜੀ ਖੇਡ ਹੈ ਉਹ ਫਿਰ ਉਹ ਜਿੱਤ ਕੇ ਜਾਂਦਾ ਹੈ ਇੱਥੋਂ ਫਿਰ ਜਨਮ ਮਰਨ ਤੋਂ ਮੁਕਤ ਹੋ ਕੇ ਜਾਂਦਾ ਹੈ। ਬਹੁਤ ਸਾਰੀਆਂ ਅਨੇਕਾਂ ਭੁੱਲਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਜੀ ਕਿਰਪਾ ਕਰਕੇ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।